जैसे भी देख रहे तुसी, मैं केपी सिंह टू द पॉइंट में तुहाडा सब दा स्वागत करता है। खेती कानूनां ते बहस इत्थे तक पहुँच चुकी है कि केंद्र सरकार हुण पंजाब दे नुमाइंदियां दी गल सुणन नूं तैयार रही। इह प्रभाव इस करके पै रहा क्योंकि रेल मंत्री नाल मुलाकातां कीतियां गईआं, उहदे विचाले मीटिंग दे विच कुछ नहीं निकलेगा। जदों नहीं कुछ निकलदा तो फिर चक्का जाम वल ध्यान जांदा कि चक्का जाम चों कुछ निकलिया। उदों किसान कहिंदे आ कि अज रुक जाओ, 26-27 नूं दस्सांगे कि किसान संघर्ष है किहड़े मोड़ ते पहुंचा है। इस सब दे विचाले खबरें भी आ रही है कि केंद्र दे होर वजीरां नाल भी मुलाकात हो सकती है पंजाब सरकार दे नुमाइंदियां वालों जां पंजाब कांग्रेस दे MPs वालों। इहो जिहियां खबरां दे विचाले वड्डा सवाल इक्को पुछा जाएगा, संघर्ष तो सियासत तक की चाहती है सरकार। काफले ने यह बहुत बड़े लंबे होने ने, सानू इहो जिहे प्रधानमंत्री दी लोड़ नहीं। किसान की कह रहे जिन्हें चक्का जाम किया, तो जिहड़े सियासतदान दिल्ली जा के आए है उत्थे की कुछ होया, तो पंजाब की सियासत क्यों तपी है, ये सब को पहले सुन लीए। तो असी गुजारिश की रेलवे मिनिस्टर साहब न, रेलवे मिनिस्टर साहब 56 साल लगातार पंजाब के हरियाणे के किसानों ने देश का पेट पाले है। दूजे पासे साडे नौजवान बच्चे जिहड़े ने देश की रखवाली वास्ते गलवान वैली दे विच कश्मीर के बॉर्डर से, पंजाब के बॉर्डर से, राजस्थान से, गुजरात के बॉर्डर से बैठे ने। कृपा करके कुछ इहो जिहे हालात पैदा करिए जिहदे नाल इह तनाव घटना चाहिए। दूजी गल उन्होंने यह दसी कि व्यापार का बहुत व्डे पैमाने पर इहदा नुकसान हो रहा। भारतीय जनता पार्टी के प्रधान श्री JP Nadda जी ने जिहड़ी कल चिट्ठी लिखी है उस ठीक जवाब है और सच और आईना कैप्टन अमरिंदर सिंह जी ने उन्होंने दिखाया है कि किस तरह तुहाडी ड्यूटी दिल्ली धरना देन दी नहीं सी, तुहाडी ड्यूटी रेल चले और ऐसे धरना नहीं, धरने ते पटरियां ते बैठे लोगों ने उठाना सी, समझाना सी। जिहड़ी चिट्ठी पंजाब दे मुख्यमंत्री कैप्टन साहब ने JP Nadda साहब नूं लिखी सीगी, ਉਹ ਚਿੱਠੀ ਪਤਾ ਲੱਗਦਾ ਕਿ ਕੀ ਨਾ ਉਹ JP Nadda ਸਾਹਿਬ ਕੋਲੇ ਪਹੁੰਚੀ ਆ। ਉਹ ਸਿਰਫ ਤੇ ਸਿਰਫ ਆਪਣੀ ਜਿਹੜੀ ਆ ਪ੍ਰੈਸ ਦੇ ਵਿੱਚ ਰਹਿਣ ਦੇ ਲਈ, ਮੀਡੀਆ ਵਿੱਚ ਰਹਿਣ ਲਈ, ਸਸਤੀ ਸੂਰਤ ਹਾਸਲ ਕਰਨ ਲਈ ਲਿਖੀ ਗਈ ਆ। ਉਹਦਾ ਕੋਈ ਜਿਹੜਾ ਹੈਗਾ ਮੈਂ ਸਮਝਦਾ ਕੋਈ ਉਹਦਾ ਫਾਇਦਾ ਨਹੀਂ ਹੋਇਆ। ਇਹ ਬਹੁਤ ਵੱਡੀ ਨੌਟੰਕੀ ਜਿਹੜੀ ਆ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ, ਬਹੁਤ ਵੱਡਾ ਨਾਟਕਬਾਜ਼, ਬਹੁਤ ਵੱਡਾ ਡਰਾਮੇਬਾਜ਼ ਪੰਜਾਬ ਦਾ ਮੁੱਖ ਮੰਤਰੀ ਬਣਿਆ ਗਾ। ਇੱਕ ਮੈਂ ਸਮਝਦਾ ਗੈਰ ਕਾਬਲ, ਗੈਰ ਜ਼ਿੰਮੇਵਾਰ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਉਹ ਨਿਬੜਿਆ। ਇੱਕ ਵੀ ਕੰਮ ਦੇ ਉੱਤੇ ਸੀਰੀਅਸਨੈਸ ਨਹੀਂ ਦਿਖਾਉਂਦਾ ਹੈਗਾ, ਇੱਕ ਵੀ ਕੰਮ ਨੂੰ ਸੀਰੀਅਸ ਨਹੀਂ ਲੈਂਦਾ ਹੈਗਾ। ਹਰ ਗੱਲ ਦੇ ਉੱਤੇ ਜਿਹੜੀ ਆ ਉਹ ਵੋਟਾਂ ਦੀ ਰਾਜਨੀਤੀ, ਹਰ ਗੱਲ ਦੇ ਉੱਤੇ 2022 ਦੀ ਰਾਜਨੀਤੀ ਦੇਖਦਾ ਗਾ, ਹਰ ਗੱਲ ਦੇ ਉੱਤੇ ਜਿਹੜਾ ਕਿਸਾਨ ਦੇ ਸੰਘਰਸ਼ ਨੂੰ ਤੋੜਨ ਦੀ ਗੱਲ ਕਰਦਾ ਗਾ ਔਰ ਸਿਰੇ ਦਾ ਡਰਾਮੇਬਾਜ਼ ਮੈਂ ਸਮਝਦਾ ਹੋ ਨਿਬੜਿਆ। ਮੈਂ ਸਮਝਦਾ ਕਿ ਦੋਨੇ ਹੀ ਸਰਕਾਰਾਂ ਬਹੁਤ ਗੈਰ ਜ਼ਿੰਮੇਵਾਰ ਤਰੀਕੇ ਤੋਂ ਕੰਮ ਲੈ ਰਹੀ। ਪਹਿਲੀ ਤਾਂ ਗੱਲ ਹੈ ਮੁੱਖ ਮੰਤਰੀ ਸਾਹਿਬ ਨੂੰ ਅੱਜ ਆਪ ਜਾਣਾ ਚਾਹੀਦਾ ਸੀ ਮੀਟਿੰਗ ਦੇ ਵਿੱਚ, ਰੇਲਵੇ ਮੰਤਰੀ ਨਾਲ ਬਹਿ ਕੇ ਜਿਹੜਾ ਭਰੋਸਾ ਚਾਹੀਦਾ ਸੀ ਉੱਥੇ ਆਪ ਦੇਣਾ ਚਾਹੀਦਾ ਸੀ। ਪਰ ਰੇਲ ਮੰਤਰੀ ਨੂੰ ਵੀ ਨਹੀਂ ਚਾਹੀਦਾ ਕਿ ਇਸ ਤਰੀਕੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਵਾਸਤੇ ਇਸ ਤਰ੍ਹਾਂ ਦਾ ਰਵੱਈਆ ਤਿਆਰ ਕਰੇ। ਇਹਦੇ ਨਾਲ ਕਿਸਾਨੀ ਦਾ ਨੁਕਸਾਨ ਹੋ ਰਿਹਾ, ਸਾਡੇ ਵਪਾਰ ਦਾ ਨੁਕਸਾਨ ਹੋ ਰਿਹਾ, ਸਾਡੀ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਔਰ ਆਰਥਿਕਤਾ ਪੰਜਾਬ ਦੀ ਜਿਹੜੀ ਹੈ ਉਹ ਤਬਾਹੀ ਵਾਲੇ ਪਾਸੇ ਜਿਹੜੀ ਹੈ ਉਹ ਚੱਲ ਰਹੀ। ਸਰ ਅੱਜ ਜਿਵੇਂ ਹੜ੍ਹ ਆ ਰਿਹਾ ਹੈ ਸੜਕਾਂ ਦੇ ਉੱਤੇ, ਸਾਨੂੰ ਇਹ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਕਾਫਲੇ ਨੇ ਇਹ ਬਹੁਤ ਵੱਡੇ ਲੰਬੇ ਹੋਣੇ ਨੇ, ਮੋਦੀ ਦੀ ਸਰਕਾਰ ਨੂੰ ਹਲਿਆ ਦੇਣਗੇ। ਪਰ ਅੱਜ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਅੱਜ ਪੰਜਾਬ ਦੇ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ ਮੂਹਰੇ ਲਾ ਲਈਆਂ। ਝੂਠ ਸਪਾਣ ਬੋਲ ਬੋਲ 15 ਲੱਖ ਖਾਤਿਆਂ 'ਚ ਪਾ ਪਾ, ਮੈਂ ਪ੍ਰਧਾਨ ਮੰਤਰੀ ਬਣ ਗਿਆ, ਸਾਨੂੰ ਇਹੋ ਜਿਹੇ ਪ੍ਰਧਾਨ ਮੰਤਰੀ ਦੀ ਲੋੜ ਨਹੀਂ। ਉਹ ਤਾਂ ਕਾਨੂੰਨ ਰੱਦ ਕਰਾ ਕੇ ਹਟਾਂਗੇ। ਸਾਰੇ ਸੂਬਿਆਂ ਨੂੰ ਬੇਨਤੀ ਹੈ ਵੀ ਪੂਰਾ ਅਵੇਅਰਨੈਸ ਹੋ ਜਾਓ, ਇਹਨੇ ਵੇਚਤਾ ਆਪਣਾ ਦੇਸ਼। 18 ਤਰੀਕ ਸਾਡੀ 100 ਸਾਗਨ ਹੋਇਆ ਸੈਂਟਰ ਦੇ ਵਿੱਚ, 170 ਜਥੇਬੰਦੀ ਸਾਡੇ ਤਜੁਰਬਾ ਹੋ ਗਿਆ, ਉਹਨਾਂ ਨੇ ਇੱਕ ਦਿਨ ਪਹਿਲਾਂ ਮੀਟਿੰਗ ਕਰਵਾ ਸਾਡੀ ਇਸ ਅਦਾਲਤ ਦੇ ਵਿੱਚ ਸ਼ਾਮਲ ਹੋ ਗਈ ਹੈ। ਹੁਣ ਜਿੰਨੀਆਂ ਵੀ ਲੜਨ ਵਾਲੀਆਂ ਜਥੇਬੰਦੀਆਂ ਸਾਰੀਆਂ ਅਸੀਂ ਇਕਜੁੱਟ ਕਰ ਦਿੰਦੇ, ਸਾਨੂੰ ਯਕੀਨ ਹੈ ਵੀ ਅਸੀਂ ਸਾਡਾ ਅੰਦੋਲਨ ਜਿੱਤਾਂਗੇ। ਜਿਹੜਾ ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ ਕਿ ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਕਿਸੇ ਧਿਰ ਦੀ ਸੁਣੇਗੀ, ਉਹ ਕਿਹੜੀ ਧਿਰ ਹੋਵੇਗੀ ਜਿਹਦੀ ਸੁਣੇਗੀ। ਇਸ ਸਵਾਲ 'ਤੇ ਬਹਿਸ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ ਫਟਾਫਟ। ਡਾਕਟਰ ਕੁਲਦੀਪ ਸਿੰਘ ਪੋਲੀਟੀਕਲ ਐਨਲਿਸਟ ਨੇ, ਇਹ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਵੀ ਤਿਆਰ ਕਰਦੇ ਨੇ। ਡਾਕਟਰ ਕੁਲਦੀਪ ਸਿੰਘ ਬਹੁਤ ਸਵਾਗਤ ਹੈ ਸਰ ਤੁਹਾਡਾ। ਹਰਜੀਤ ਸਿੰਘ ਕਿੰਗਰਾ ਕਾਂਗਰਸ ਦੇ ਬੁਲਾ ਰਹੇ ਆ, ਦਿਆਲ ਸੋਢੀ ਭਾਰਤੀ ਜਨਤਾ ਪਾਰਟੀ ਬੁਲਾ ਰਹੇ ਆ, ਰਾਜੀਵ ਗੁਦਾਰਾ ਸਵਰਾਜ ਇੰਡੀਆ ਦੇ ਬੁਲਾਰੇ ਵੀ ਆ ਅਤੇ ਹਰਿਆਣਾ ਦੇ ਇੰਚਾਰਜ ਵੀ ਆ।
सारे बहुत स्वागत करते हैं। डॉक्टर कुलदीप सिंह थोड़ा तुम अगे हो जाओ तो चंगा लगेगा। डॉक्टर कुलदीप सिंह मैं पहला सवाल तुहानू पुछना सीगा पर मैं लगता कि भारतीय जनता पार्टी को पहला सवाल मैंने करना चाहिए। भारतीय जनता पार्टी के बुलारे दयाल सोढ़ी साडे मौजूद हैगी है क्योंकि खुद पीयूष चावला होरां नाल जिहड़ियां वर्चुअल मीटिंगां होंदियां उहदा भी हिस्सा रह चुके हैं। दयाल सोढ़ी जी जी सर केंद्र सरकार सूबा सरकार की नहीं सुनेगी ये सवाल सारयां नूं समझ आ रहा पर मेरा सवाल यह है सर कि सरकार हुंदी है जनता की देश की पर तुसी एक पार्टी की सरकार वांगू काम करते पे हो तुहाडे ते इल्जाम यह लगता पिया है सूबे का मुख्यमंत्री की कह रहा इतों के एम पीज की कह रहे हैं तुहानू इहदी फिक्र नहीं तुहाडा बीजेपी का वफद की कह रहा रेल मंत्री उन्होंने सुन गए जा छोटी जी के पी सिंह जी सब तो पहला तो जिहड़ा जस टीवी के स्रोतिया मेरी सत श्री अकाल वाहिगुरु जी का खालसा वाहिगुरु जी की फतेह तुहाडी फतेह कबूल है जी। मैं तुहानू दसना चाहुंदा है कि अज जिहड़ी रेलवे मंत्री नाल कांग्रेसी संस्था की मीटिंग हुई है पहली गल तो ये जिहड़ी ये मीटिंग है तीन पड़ावां च हुई है उहदे बारे मैं तुहानू दसना चाहुंदा है कि जिहड़े साडे इन्हां दे प्रताप सिंह बाजवा जी और शमशेर सिंह दुल्लो जी ਉਹ ਦੋ ਮਿਨਿਸਟਰ ਅਲੱਗ ਮਿਲਦੇ ਸਰ ਮੇਰਾ ਸਵਾਲ ਇਹ ਨਹੀਂ ਦਿਆਲ ਸੋਢੀ ਜੀ ਸਿਆਸਤ ਕਰ ਲਿਓ ਸਰ ਪੂਰਾ ਮੌਕਾ ਮਿਲਦਾ ਤੁਹਾਨੂੰ ਸਿਆਸਤ ਕਰਨਾ ਤੁਹਾਡੀ ਪ੍ਰੈਸ ਲਈ ਮੇਰੇ ਕੋਲ ਪਹੁੰਚ ਚੁੱਕੀ ਹੈ ਜਿਹੜੇ ਦੋ ਧੜਿਆਂ ਤੁਸੀਂ ਜ਼ਿਕਰ ਕਰਦੇ ਹੋ ਸਰ ਕਰ ਲੂੰਗਾ ਕਾਂਗਰਸ ਨੂੰ ਸਵਾਲ ਮੈਂ ਦਿਆਲ ਸੋਢੀ ਜੀ ਮੈਂ ਤੁਹਾਨੂੰ ਸਵਾਲ ਬੜਾ ਸਿੱਧਾ ਕਰ ਰਿਹਾ ਕਿਉਂ ਲੱਗਦਾ ਪਿਆ ਕਿ ਇੱਕ ਪਾਰਟੀ ਸਰਕਾਰ ਚੱਲਦੀ ਪਈ ਹੈ ਦੇਸ਼ ਦੀ ਸਰਕਾਰ ਨਹੀਂ ਇਹ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਕੋਈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਨਾਲ ਕਿਸੇ ਗੱਲ ਦਾ ਕੋਈ ਧੱਕਾ ਕੀਤਾ ਜਾ ਰਿਹਾ ਹੈ ਮੇਰਾ ਕਹਿਣਾ ਇਹ ਹੈ ਕਿ ਕਾਂਗਰਸ ਜਿਹੜੀ ਆਪਣੀ ਸੈਂਟਰ ਸਰਕਾਰ ਹੈ ਅਤੇ ਸਟੇਟ ਸਰਕਾਰ ਹੈ ਉਹਦੇ ਵਿੱਚ ਜੇ ਕਿਤੇ ਕੋਈ ਕਮਿਊਨੀਕੇਸ਼ਨ ਦੀ ਕਮੀ ਹੈ ਤੇ ਉਹ ਬੈਠ ਕੇ ਦੂਰ ਹੋਊਗੀ ਇਹ ਤਾਂ ਨਹੀਂ ਕਿ ਆਪਾਂ ਮੀਟਿੰਗਾਂ ਦਾ ਬਾਈਕਾਟ ਕਰ ਦਈਏ ਉਹ ਹੁਣ ਜਿਹੜੇ ਅੱਜ 8 ਸੰਸਦ ਗਏ ਹੈ ਉਹਨਾਂ ਦੇ ਵਿੱਚੋਂ 2-3 ਸੰਸਦ ਉੱਠ ਕੇ ਆ ਗਏ ਬਾਕੀ ਨਹੀਂ ਉੱਠ ਕੇ ਆਏ ਬਾਕੀ 2 ਰਾਜ ਸਭਾ ਮੈਂਬਰ ਅਲੱਗ ਮਿਲਦੇ ਆ ਮੇਰਾ ਕਹਿਣਾ ਇਹ ਹੈ ਕਿ ਮੈਂ ਵੀ ਹੱਕ 'ਚ ਹਾਂ ਮੈਂ ਵੀ ਪੰਜਾਬ ਦੇ ਵਿੱਚ ਰਹਿਣ ਵਾਲਾ ਹੈ ਕਿ ਜੋ ਪੰਜਾਬ ਦੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਹੈ ਦਿਆਲ ਸੋਢੀ ਜੀ ਤੁਹਾਨੂੰ ਮੁੱਖ ਮੰਤਰੀ ਦੇ ਦਿੱਤੇ ਭਰੋਸੇ ਤੇ ਯਕੀਨ ਨਹੀਂ ਹੈਗਾ ਸਰ ਵਿਸ਼ਵਾਸ ਨਹੀਂ ਹੈਗਾ ਮੈਂ ਕੇਪੀ ਸਿੰਘ ਜਵਾਨੀ ਕਲਾਮੀ ਕੁਛ ਨਹੀਂ ਹੁੰਦਾ ਜੇ ਕੇਂਦਰ ਸਰਕਾਰ ਰੇਲਵੇ ਡਿਪਾਰਟਮੈਂਟ ਉਹਨਾਂ ਤੋਂ ਲਿਖਤੀ ਰੂਪ 'ਚ ਐਨਓਸੀ ਮੰਗਦਾ ਹੈ ਤੇ ਕੈਪਟਨ ਮੁੱਖ ਮੰਤਰੀ ਨੂੰ ਦੇਣ 'ਚ ਇਤਰਾਜ਼ ਕੀ ਹੈ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਚਲੋ ਇੱਕ ਸਵਾਲ ਦਾ ਮੇਰਾ ਜਵਾਬ ਦਿਓ ਦਿਆਲ ਸੋਢੀ ਜੀ ਸਰ ਰੇਲ ਲਾਈਨਾਂ ਸੈਂਟਰ ਦੇ ਅੰਡਰ ਆਉਂਦੀਆਂ ਜਾਂ ਸੂਬੇ ਦੇ ਅੰਡਰ ਹੈ ਕੇਪੀ ਸਿੰਘ ਜੀ ਇੱਕ ਮੇਰੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਰੇਲਵੇ ਨੇ ਜਿਹੜੀ ਵੈਰੀਫਿਕੇਸ਼ਨ ਕਰਕੇ 31 ਲੈਣਾ ਦੇ ਉੱਪਰ ਦਿਆਲ ਸੋਢੀ ਜੀ ਮੈਂ ਸਵਾਲ ਬੜਾ ਸਧਾਰਨ ਕਰਦਾ ਸਰ ਦਿਆਲ ਸੋਢੀ ਜੀ ਘੁਮਾਇਆ ਨਾ ਕਰੋ ਸਰ ਮੇਰਾ ਸਵਾਲ ਮੈਂ ਸਵਾਲ ਬੜਾ ਸਧਾਰਨ ਕਰਦਾ ਰੇਲ ਲਾਈਨਾਂ ਰੇਲ ਮੰਤਰਾਲਾ ਸੈਂਟਰ ਦੇ ਅੰਡਰ ਆਉਂਦਾ ਕਿ ਸੂਬੇ ਦੇ ਅੰਡਰ ਮੈਂ ਕਹਿਣਾ ਕਿ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਹੈ ਜਿੱਥੇ ਜਿਹੜੇ ਸਟੇਟ ਬੀਤੀ ਸਰ ਰੇਲਵੇ ਦੇ ਥਾਣੇ ਆਪਦੇ ਹੈਗੇ ਜਾਂ ਨਹੀਂ ਹੈਗੇ ਦਿਆਲ ਸੋਢੀ ਜੀ ਦਿਆਲ ਸੋਢੀ ਰੇਲਵੇ ਦੇ ਆਪਦੇ ਥਾਣੇ ਹੈਗੇ ਜਾਂ ਨਹੀਂ ਹੈਗੇ ਉਸ ਸਟੇਟ ਦੀ ਆਪਦੀ ਪੁਲਿਸ ਹੈਗੀ ਕਿ ਨਹੀਂ ਹੈਗੀ ਰੇਲਵੇ ਦੀ ਸਰ ਆਰਡਰ ਨੂੰ ਸਿਰ ਰੱਖਣ ਦੀ ਕਿਉਂਕਿ ਦੋਵਾਂ ਦੇ ਤਾਲਮੇਲ ਦੇ ਨਾਲ ਹੀ ਸਾਰਾ ਕੁਝ ਚੱਲਦਾ ਚਲੋ ਤੁਸੀਂ ਇਹ ਵੀ ਕਹਿ ਸਕਦੇ ਦਿਆਲ ਸੋਢੀ ਉਹਨਾਂ ਦਾ ਡੀਜੀ ਕੌਣ ਆ ਨੂੰ ਚਲਾਕ ਕੌਣ ਰਿਹਾ ਰੇਲਵੇ ਦੀ ਪੁਲਿਸ ਨੂੰ ਸਰ ਮੈਨੂੰ ਲੱਗਦਾ ਤੁਸੀਂ ਉਹ ਜਵਾਬ ਦੇਣਾ ਨਹੀਂ ਚਾਹੁੰਦੇਗੇ ਹਰਦੀਪ ਕਿੰਗਰਾ ਜਵਾਨੀ ਕਲਾਮੀ ਤੁਸੀਂ ਸਾਰੀ ਜਾਂਦੇ ਹੋ ਸਰ ਤੁਸੀਂ ਵੀ ਗੋਲ ਗੋਲ ਘੁੰਮੀ ਜਾਂਦੇ ਹੋ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਧਾ ਕਿਉਂ ਨਹੀਂ ਮਿਲਦੇ ਤੁਸੀਂ ਦੇਖੋ ਕੇ ਪੀ ਮੈਂ ਸੋਢੀ ਸਾਹਿਬ ਦੇ ਨਾਲ ਸਹਿਮਤ ਨਹੀਂ ਹਾਂ ਤੁਸੀਂ ਮੈਨੂੰ ਸੋਢੀ ਸਾਹਿਬ ਇੱਕ ਜਵਾਬ ਦਿਓ ਕਿ ਸਾਡੇ ਭਾਰਤ ਦੇ ਜਿੰਨੇ ਵੀ ਸੂਬੇ ਹੈ ਕਿੰਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲਿਖ ਕੇ ਦਿੱਤਾ ਵੀ ਰੇਲਵੇ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਤੁਸੀਂ ਰੇਲਾਂ ਉੱਥੇ ਚਲਾਈ ਜਾਂਦੇ ਹੋ ਹਰਦੀਪ ਸਿੰਘ ਕਿੰਗਰਾ ਸਰ ਮੈਂ ਉਹ ਸਵਾਲ ਹੀ ਤੁਹਾਨੂੰ ਕਰ ਰਿਹਾ ਸਰ ਮੈਂ ਸਵਾਲ ਹੀ ਨਹੀਂ ਕਰ ਰਿਹਾ ਤੁਹਾਨੂੰ ਇਹ ਹਰਦੀਪ ਸਿੰਘ ਕਿੰਗਰਾ ਮੇਰਾ ਸਵਾਲ ਤਾਂ ਤੁਹਾਨੂੰ ਹੋਰ ਹੈ ਤੁਸੀਂ ਗੋਲ ਗੋਲ ਕੇ ਘੁੰਮਦੇ ਪਏ ਹੋ ਪ੍ਰਧਾਨ ਮੰਤਰੀ ਕਿਉਂ ਨਹੀਂ ਮਿਲਦੇ ਪਏ ਤੁਸੀਂ ਕਦੇ ਪ੍ਰਧਾਨ ਬੀਜੇਪੀ ਦੇ ਪ੍ਰਧਾਨ ਨੂੰ ਚਿੱਠੀ ਲਿਖਦੇ ਪਏ ਹੋ ਕਦੇ ਤੁਸੀਂ ਔਰ ਆਪਦੇ ਐਮ ਪੀ ਭੇਜਦੇ ਪਏ ਹੋ ਕੈਪਟਨ ਸਾਹਿਬ ਖੁਦ ਕਿਉਂ ਨਹੀਂ ਜਾਂਦੇ ਸਰ ਪ੍ਰਧਾਨ ਮੰਤਰੀ ਸਾਹਿਬ ਕੋਲੇ ਦੇਖੋ ਕੇ ਪੀ ਇਹਦੇ 'ਚ ਜਾਣ 'ਚ ਕੋਈ ਹਰਜ ਨਹੀਂ ਗਾ ਮੈਂ ਕਦੋਂ ਕਹਿੰਦਾ ਵੀ ਨਹੀਂ ਜਾਣਾ ਗਾ ਜਾਣਗੇ ਵੀ ਉਹ ਕਿਤੇ ਜੇ ਸੱਦਣਗੇ ਪਰ ਇਹ ਇੱਕ ਐਜੀਟੇਸ਼ਨ ਹੋ ਰਹੀ ਹੈ ਕਿਸਾਨਾਂ ਦੀ ਜਦੋਂ ਵੀ ਕਦੇ ਕੋਈ ਐਜੀਟੇਸ਼ਨ ਹੁੰਦੀ ਹੈ ਉਦੋਂ ਸੱਦਾ ਸਰਕਾਰ ਵੱਲੋਂ ਆਉਂਦਾ ਹੁੰਦਾ ਜਿਵੇਂ ਸਾਡੀ ਸਰਕਾਰ ਨੇ ਸੱਦਾ ਦਿੱਤਾ ਕਿਸਾਨਾਂ ਜਥੇਬੰਦੀਆਂ ਨੂੰ ਇਹ ਜਿਹੜਾ ਸੱਦਾ ਆਏਗਾ ਕਿਸਾਨ ਜਿਹੜੇ ਐਜੀਟੇਸ਼ਨ ਕਰ ਰਹੇ ਹੈ ਉਹ ਦਾਇਤਵ ਜਿਹੜਾ ਹੈਗਾ ਰੂਲ ਦੇ ਮੁਤਾਬਕ ਕਨਵੈਨਸ਼ਨ ਦੇ ਮੁਤਾਬਕ ਡੈਮੋਕ੍ਰੇਸੀ ਜਿਹੜੀ ਹੈ ਕਨਵੈਨਸ਼ਨ ਤੇ ਵੀ ਚੱਲਦੀ ਹੈ ਉਹ ਸੱਦਾ ਸਰਕਾਰ ਵੱਲੋਂ ਆਉਣਾ ਚਾਹੀਦਾ ਸਰਕਾਰ ਸੱਦੇ ਕਿ ਭਾਈ ਤੁਹਾਨੂੰ ਨਾਰਾਜ਼ਗੀ ਕੀ ਹੈ ਭਾਵੇਂ ਸੁਣੇ ਤਾਂ ਸਹੀ ਗੱਲ ਮੰਨੇ ਭਾਵੇਂ ਨਾ ਮੰਨੇ ਉਹ ਇੱਕ ਵੱਖਰੀ ਗੱਲ ਹੈ ਪਰ ਗੱਲ ਸੁਣੇ ਤਾਂ ਸਹੀ ਗੱਲ ਤਾਂ ਕਰੇ ਤੁਸੀਂ ਐਟੀਚਿਊਡ ਦੇਖੋ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਪੁਰਾਣੀ ਵਰਕਿੰਗ ਵੇਖੋ ਕੇਂਦਰ ਸਰਕਾਰ ਦੀ ਸ਼ਹੀਨ ਬਾਗ ਦੇ ਵਿੱਚ ਕੀ ਕੁਛ ਨਹੀਂ ਹੋਇਆ ਤੇ ਕਿੰਨਾ ਚਿਰ ਹੋਇਆ ਸੀਏ ਤੋਂ ਟਸ ਤੋਂ ਮਸ ਨਹੀਂ ਹੋਈ ਇਹ ਕਿਸਾਨਾਂ ਨੂੰ ਵੀ ਮੱਦੇ ਨਜ਼ਰ ਰੱਖਣਾ ਚਾਹੀਦਾ ਕਿਸਾਨਾਂ ਦੇ ਵਿੱਚ ਜਿਹੜਾ ਐਗਰੋ ਕਲਾਈਮੇਟਿਕ ਜ਼ੋਨ ਹੈ ਵੈਸਟਰਨ ਯੂਪੀ ਦਾ ਹਰਿਆਣੇ ਦਾ ਤੇ ਪੰਜਾਬ ਦਾ
ਇਸ ਐਗਰੋ ਕਲਾਈਮੇਟਿਕ ਜ਼ੋਨ ਦੀਆਂ ਡਿਫਰੈਂਟ ਪ੍ਰੋਬਲਮਸ ਹੈ, ਮਹਾਰਾਸ਼ਟਰ ਐਗਰੋ ਕਲਾਈਮੇਟਿਕ ਜ਼ੋਨ ਦੀ ਡਿਫਰੈਂਟ ਪ੍ਰੋਬਲਮ ਹੈ, ਆਂਧਰਾ ਐਗਰੋ ਕਲਾਈਮੇਟਿਕ ਜ਼ੋਨ ਦੀ ਡਿਫਰੈਂਟ ਪ੍ਰੋਬਲਮ ਹੈ, ਠੀਕ ਹੈ। ਇਸ ਕਰਕੇ ਕਿਸਾਨਾਂ ਦਾ ਇਕੱਠੇ ਹੋਣਾ ਵੀ ਨੇਸ਼ਨ ਵਾਈਡ ਜਿਹੜਾ, ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਸਰ, ਮੁਸ਼ਕਲ ਹੈ, ਠੀਕ ਹੈ ਸਰ, ਇਹ ਸਮਝਣਾ ਚਾਹੀਦਾ। ਸਵਾਲ ਇੱਕੇ ਤੇ ਹੀ ਹੈ ਵੀ ਅਸੀਂ ਕਿਹੜੇ ਟਰੈਕ ਤੇ ਖੜੇ ਹਾਂ। ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਉਂਗਾ। ਸੰਘਰਸ਼ ਤੋਂ ਸਿਆਸਤ ਤੱਕ ਕੀ ਚਾਹੁੰਦੀ ਹੈ ਸਰਕਾਰ, ਸਵਾਲ ਸਰਕਾਰ ਤੇ ਅੱਕਿਆ ਤੇ ਵਾਰ-ਵਾਰ ਪੁੱਛਿਆ ਜ਼ਰੂਰ ਜਾਵੇਗਾ, ਕਿਉਂਕਿ ਸਵਾਲ ਪੰਜਾਬ ਦੀ ਹੋਂਦ ਦਾ ਵੀ ਹੈ, ਸਵਾਲ ਦੇਸ਼ ਦੀ ਕਿਸਾਨੀ ਦਾ ਵੀ ਹੈ ਤੇ ਦੇਸ਼ ਦੇ ਖਪਤਕਾਰਾਂ ਦਾ ਵੀ ਹੈ। ਜਦੋਂ ਕਿਸਾਨੀ ਵਸਸ ਕਾਰਪੋਰੇਟ ਹੋ ਜਾਵੇ ਉਦੋਂ ਸਵਾਲ ਵੱਡਾ ਹੋ ਜਾਂਦਾ। ਵਾਪਸ ਆ ਰਿਹਾ। ਕਿ ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਕਿਸੇ ਧਿਰ ਦੀ ਸੁਣੇਗੀ। ਡਾਕਟਰ ਕੁਲਦੀਪ ਸਿੰਘ ਸਰ, ਮੈਂ ਤੁਹਾਨੂੰ ਸਵਾਲ ਕਰ ਰਿਹਾ ਕਿ ਤੁਸੀਂ ਇਹ ਸਿਆਸਤ ਨੂੰ ਬੜਾ ਬਖੂਬੀ ਸਮਝਦੇ ਹੋ, ਸੂਬੇ ਅਤੇ ਕੇਂਦਰ ਦਾ ਟਕਰਾਅ ਹੈਗਾ, ਉਸ ਦੇ ਵਿਚਾਲੇ ਸਰ ਕਿਸਾਨ ਕਿੱਥੇ ਖੜਾ? ਡਾਕਟਰ ਕੁਲਦੀਪ ਸਿੰਘ ਦੇਖੋ ਜੀ, ਗੱਲ ਇਹ ਆ ਜੀ, ਜੇ ਇਹ ਸਾਰੇ ਮਸਲੇ ਨੂੰ ਦੋ ਅਲੱਗ ਅਲੱਗ ਸੰਦਰਭ ਵਿੱਚ ਦੇਖਿਆ ਜਾਵੇ ਫਿਰ ਗੱਲ ਸਮਝ ਆਏਗੀ। ਪਹਿਲੀ ਚੀਜ਼ ਇਹ ਹੈ ਕਿ ਇਹ ਜਿਹੜੀ ਇਹ ਕਿਸਾਨਾਂ ਦੀ ਐਜੂਟੇਸ਼ਨ ਸ਼ੁਰੂ ਹੋਈ ਹੈ, ਉਹਦੇ 'ਚ ਅਸਲੀ ਮੁੱਦੇ ਕਿਸਾਨਾਂ ਦੇ ਨੇ, ਅਤੇ ਇਹ ਜਿਹੜੀ ਮੂਵਮੈਂਟ ਹੈ ਇਹ ਕਿਸਾਨ ਜਥੇਬੰਦੀਆਂ ਤੋਂ ਸ਼ੁਰੂ ਹੋਈ ਹੈ, ਅਤੇ ਪੰਜਾਬ ਦੀ ਸਰਕਾਰ ਜਾਂ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਉਹਨਾਂ ਹਾਲਾਤਾਂ ਨੂੰ ਰਿਸਪੌਂਡ ਕਰ ਰਹੇ ਨੇ ਜਿਹੜੇ ਹਾਲਾਤ ਕਿਸਾਨਾਂ ਦੀ ਯੂਨੀਅਨ ਨੇ ਪੈਦਾ ਕੀਤੇ। ਸੋ ਅਸਲੀ ਮਹਿਨਿਆਂ ਵਿੱਚ ਕੀ ਹੈ ਕਿ ਜਿਹੜੇ ਇਸ ਕਿਸਾਨਾਂ ਦੀ ਐਜੂਟੇਸ਼ਨ ਦੇ ਅਸਲੀ ਮੁੱਦੇ ਨੇ, ਸਾਨੂੰ ਉਹਦੇ 'ਤੇ ਕੇਂਦਰਿਤ ਕਰਕੇ ਜਿਹੜੀਆਂ ਇਹ ਤਿੰਨ ਪਾਰਟੀਆਂ ਨੇ ਜਿਹੜੇ ਮੇਜਰ ਪਲੇਅਰਸ ਨੇ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ, ਕੀ ਨਜ਼ਰੀਆ, ਉਹਦੀ ਗੱਲ ਕਰਨੀ ਪਏਗੀ। ਜਿਹੜੀਆਂ ਮੰਗਾਂ ਨੇ ਬੇਸਿਕਲੀ ਕਿਸਾਨਾਂ ਦੀਆਂ, ਜਿਹੜੀਆਂ ਨੂੰ ਕਿਸਾਨ ਯੂਨੀਅਨ ਰੇਜ਼ ਕਰ ਰਹੀਆਂ ਨੇ, ਉਹਨਾਂ ਦਾ ਮੁੱਢਲੇ ਤੌਰ 'ਤੇ ਹੱਲ ਕੇਂਦਰ ਦੀ ਸਰਕਾਰ ਕੋਲ ਹੈ। ਚਾਹੇ ਪੰਜਾਬ ਦੀ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਨੇ ਸੈਂਟਰ ਦੁਆਰਾ ਬਣਾਏ ਹੋਏ ਕਾਨੂੰਨਾਂ ਨੂੰ ਰੱਦ ਕਰਨ ਲਈ, ਪਰ ਮੈਂ ਜਾਤੀ ਤੌਰ 'ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਸੈਂਟਰ ਦੁਆਰਾ ਬਣਾਏ ਹੋਏ ਕਾਨੂੰਨਾਂ ਨੂੰ ਪੂਰਨ ਤੌਰ 'ਤੇ ਨਕਾਰਾਤਮਕ ਨਹੀਂ ਬਣਾ ਦਿੰਦੇ, ਕਿਉਂਕਿ ਅਜੇ ਤਾਂ ਗਵਰਨਰ ਸਾਹਿਬ ਨੇ ਸਾਈਨ ਨਹੀਂ ਕੀਤੇ, ਅਤੇ ਜੇ ਸਾਈਨ ਵੀ ਕਰ ਦੇਣ ਤਾਂ ਬੜੇ ਮਸਲੇ ਨੇ। ਅਜੇ ਇਹ ਮੁੱਦਾ ਸੈਟਲ ਹੋਣਾ ਕਿ ਕੀ ਪੰਜਾਬ ਦੀ ਸਰਕਾਰ ਇਹੋ ਜਿਹੇ ਕਾਨੂੰਨ ਬਣਾ ਸਕਦੀ ਹੈ ਜਿਹੜੇ ਸੈਂਟਰ ਦੁਆਰਾ ਬਣਾਏ ਹੋਏ ਕਾਨੂੰਨ ਨਾਲ ਟਕਰਾਅ ਕਰ ਸਕਦੇ ਨੇ। ਸੋ ਕਾਂਗਰਸ ਦੀ ਆਪਣੀ ਰਾਜਨੀਤੀ ਹੈ, ਅਕਾਲੀ ਦਲ ਦੀ ਆਪਣੀ ਰਾਜਨੀਤੀ ਹੈ, ਬੀਜੇਪੀ ਦੀ ਆਪਣੀ ਰਾਜਨੀਤੀ ਹੈ, ਇਹ ਆਪਣੇ ਤਰੀਕੇ ਨਾਲ ਇਹਨਾਂ ਨੂੰ ਰਿਸਪੌਂਡ ਕਰ ਰਹੇ ਨੇ, ਪਰ ਅਸਲੀ ਮਹਿਨਿਆਂ ਵਿੱਚ ਜੋ ਕਿਸਾਨਾਂ ਦੀ ਐਜੂਟੇਸ਼ਨ ਦੇ ਮੁੱਦੇ ਨੇ ਉਸ ਉਹਨਾਂ ਦਾ ਹੱਲ ਸਿਰਫ ਤੇ ਸਿਰਫ ਸੈਂਟਰ ਕੋਲ ਹੈ। ਮੈਨੂੰ ਥੋੜਾ ਜਿਹਾ ਸਮਾਂ ਦਿਓ ਸਰ। ਡਾਕਟਰ ਕੁਲਦੀਪ ਸਿੰਘ, ਕੇਂਦਰ ਸਰਕਾਰ ਸਰ ਅੜੀਅਲ ਰਵੱਈਆ ਅਪਣਾਉਂਦੀ ਰਹਿੰਦੀ ਹੈ ਜਾਂ ਹੁਣ ਇਦਾਂ ਦਾ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਮੋਦੀ ਸਰਕਾਰ ਤਾਂ ਬਹੁਤ ਅੜੀਅਲ ਹੈ, ਕਿਸੇ ਦੀ ਸੁਣਦੀ ਨਹੀਂ? ਦੇਖੋ, ਮੈਂ ਇਹ ਸ਼ਬਦ, ਅਸੀਂ ਕਿਉਂਕਿ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹਾਂ, ਮੈਂ ਹੋਰ ਤਰ੍ਹਾਂ ਦੇ ਸ਼ਬਦ ਯੂਜ਼ ਕਰਾਂਗਾ। ਮੈਂ ਇਹ ਕਹਾਂਗਾ ਜਿਹੜੀ ਕਿਸਾਨਾਂ ਦੀਆਂ ਸਮੱਸਿਆਵਾਂ ਨੇ, ਜਿਵੇਂ ਮੈਂ ਪਹਿਲਾਂ ਕਿਹਾ, ਉਹਦਾ ਹੱਲ ਕੇਂਦਰ ਦੀ ਸਰਕਾਰ ਕੋਲ ਹੈ। ਮੁੱਢਲੇ ਤੌਰ 'ਤੇ ਵੱਡੀਆਂ ਸਮੱਸਿਆਵਾਂ ਕੀ ਨੇ? ਸਭ ਤੋਂ ਵੱਡੀ ਸਮੱਸਿਆ ਹੈਗੀ ਹੈ MSP ਦੀ, ਅਤੇ MSP ਨੂੰ ਆਧਾਰ ਬਣਾ ਕੇ ਪ੍ਰੋਕਿਓਰਮੈਂਟ ਦੀ। ਹਾਂ, ਇਹ ਗੱਲ ਸੱਚ ਹੈ ਕਿ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਇਹਨਾਂ ਖਦਸ਼ਿਆਂ ਨੂੰ ਉਸ ਤਰੀਕੇ ਨਾਲ ਰਿਸਪੌਂਡ ਨਹੀਂ ਕੀਤਾ ਜਿਸ ਤਰੀਕੇ ਨਾਲ ਕਿਸਾਨਾਂ ਦੇ ਖਦਸ਼ੇ ਘੱਟ ਸਕਦੇ ਸੀ। ਪਹਿਲਾਂ ਸ਼ੁਰੂਆਤ ਕਿੱਥੋਂ ਹੋਈ ਕਿ ਜੀ ਅਸੀਂ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਇਹ ਮਸਲਾ ਸਮਝਾਵਾਂਗੇ। ਕਿਸਾਨਾਂ ਦੀਆਂ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਪਾਰਟੀਆਂ ਤੋਂ ਵੱਧ ਇਹਨਾਂ ਮਸਲਿਆਂ ਬਾਰੇ ਜਾਣਦੇ ਹਾਂ। ਜੇ ਗੱਲ ਇਹ ਚੱਲਦੀ ਕਿ ਸਾਡਾ ਇੱਕ ਵਿਊ ਪੁਆਇੰਟ ਹੈ, ਸਾਡਾ ਇੱਕ ਦ੍ਰਿਸ਼ਟੀਕੋਣ ਹੈ, ਕਿਸਾਨਾਂ ਦਾ ਇੱਕ ਆਪਣਾ ਦ੍ਰਿਸ਼ਟੀਕੋਣ ਹੈ, ਆਪਾਂ ਬੈਠ ਕੇ ਗੱਲ ਕਰੀਏ, ਜਿਹੜੀ ਉਸ ਡਿਸਕਸ਼ਨ ਵਿੱਚੋਂ ਵਧੀਆ ਆਰਗੂਮੈਂਟ ਨਿਕਲੇਗੀ ਉਹ ਰਾਹ ਤੁਰਾਂਗੇ। ਜੇ ਇਹ ਰਾਹ ਤੁਰਦੇ ਫਿਰ ਗੱਲਬਾਤ ਤੁਰ ਸਕਦੀ ਸੀ। ਸੋ ਸ਼ੁਰੂਆਤ ਗਲਤ ਹੋਈ। ਹੁਣ ਜਿਹੜੀ ਚੀਜ਼ ਹੈਗੀ ਹੈ, ਐਜੂਟੇਸ਼ਨ ਵਿੱਚ ਕੀ ਹੁੰਦਾ ਹੈਗਾ, ਯੂ ਆਰ ਟਰਾਇੰਗ ਟੂ ਸੈਟਲ ਦਾ ਸਕੋਰ। ਜਿਹੜੀ ਤੁਸੀਂ ਰੇਲਾਂ ਦੀ ਗੱਲ ਕਰਦੇ ਹੋ, ਰੇਲਾਂ ਦੀ ਗੱਲ, ਜੇ ਤਾਂ ਅਸੀਂ ਕਾਨੂੰਨ ਦੀ ਗੱਲ ਕਰੀਏ, ਉਹ ਤਾਂ ਸਟੇਟ ਦਾ ਸਬਜੈਕਟ ਹੈ, ਰੇਲਾਂ ਕੇਂਦਰ ਕੋਲ ਨੇ, ਅਤੇ ਜੇ ਫੈਡਰਲ ਢਾਂਚੇ ਨੇ ਠੀਕ ਤਰੀਕੇ ਨਾਲ ਕੰਮ ਕਰਨਾ, ਸੈਂਟਰ ਦੀ ਵੀ ਜ਼ਿੰਮੇਵਾਰੀ ਹੈ, ਪੰਜਾਬ ਦੀ ਵੀ ਜ਼ਿੰਮੇਵਾਰੀ ਹੈ। ਸੋ ਇਸ ਕਰਕੇ ਇਹ ਜਿਹੜੀ ਸਰ, ਮੈਂ ਤੁਹਾਨੂੰ ਤਿੰਨ ਆਪਸ਼ਨ ਦਿੰਦਾ ਡਾਕਟਰ ਕੁਲਦੀਪ ਸਿੰਘ, ਮੈਂ ਤੁਹਾਡੇ ਲਈ ਸੌਖਾ ਕਰ ਦਿੰਦਾ ਸਰ। ਅੜੀਅਲ ਕੌਣ ਹੈ, ਕੇਂਦਰ ਸਰਕਾਰ, ਪੰਜਾਬ ਸਰਕਾਰ, ਕਿਸਾਨ ਜਥੇਬੰਦੀਆਂ? ਦੇਖੋ, ਮੈਂ ਤੁਹਾਨੂੰ ਕਹਿ ਰਿਹਾ, ਪੰਜਾਬ ਸਰਕਾਰ ਤਾਂ ਵੱਡਾ ਪਲੇਅਰ ਹੀ ਹੈ ਨਹੀਂ ਜੀ, ਵੱਡਾ ਪਲੇਅਰ ਤਾਂ ਕੇਂਦਰ ਦੀ ਸਰਕਾਰ ਹੈ। ਹੈ ਜੀ, ਕਿ ਪੰਜਾਬ ਦੀ ਸਰਕਾਰ ਤਾਂ ਜਿਹੜੇ ਕਿਸਾਨਾਂ ਦੀ ਜਥੇਬੰਦੀਆਂ ਦੀ ਰਾਜਨੀਤੀ ਹੈ ਜਾਂ ਜਿਹੜੇ ਸੈਂਟਰ ਗਵਰਨਮੈਂਟ ਦੇ ਮੂਵਸ ਨੇ ਉਹਨੂੰ ਰਿਐਕਟ ਕਰਦੀ ਹੈ ਜੀ। ਸੋ ਪੰਜਾਬ ਦੀ ਸਰਕਾਰ ਨੂੰ ਤੁਸੀਂ ਸੈਕੰਡਰੀ ਲੈਵਲ 'ਤੇ ਲੈ ਜਾਓ।
अड़िया मुद्दा मैं नहीं कहांगा पर मैं जाती तौर पर महसूस करना कि केंद्र की सरकार किसानों के मुद्दों सामने रखते हुए पेशेंट हीयरिंग करनी चाहिए सी किसानों के मुद्दों हिस्टोरिकल कॉन्टेक्स्ट विच जिहड़ा हुण दा कॉन्टेक्स्ट विचारना चाहिए सी। ठीक है अरजीत गुदारा जी, अरजीत गुदारा जी ये डेडलॉक किवें टुटूगा? सर डेडलॉक टुटण दा पहला तरीका तो यही है कि केंद्र सरकार देश भर दे किसान जथेबंदियां नाल गल करे, एक डायलॉग इनिशिएट करे, इहदे बहस चलावे, मेनवाइल जिहड़े कानून ने जिहड़े पास कीते ने उहनां नूं लागू करन तों कवे कि इस दौरान लागू नहीं होणगे। ਇਹ ਪਹਿਲਾ ਸਟੈਪ ਹੋ ਸਕਦਾ ਹੈ ਜਦੋਂ ਗੱਲਬਾਤ ਸ਼ੁਰੂ ਕਰਨ ਤੇ ਉਹਨਾਂ ਨੂੰ ਲਾਗੂ ਹੋਣ ਤੋਂ ਰੋਕ ਦੇਵੇ ਤੇ ਡੈਡਲੌਕ ਟੁੱਟ ਜਾਂਦਾ ਹੈ। ਦੂਜੀ ਗੱਲ ਇਹ ਚਰਚਾ ਜਿਹੜੀ ਹੈ ਇਹ ਦੇਸ਼ ਭਰ ਦੇ ਕਿਸਾਨਾਂ ਨਾਲ ਹੋਣੀ ਚਾਹੀਦੀ ਹੈ ਤੇ ਇੱਕ ਸੁਭਾਅ ਬਾਰ ਬਾਰ ਡੈਡਲੌਕ ਦੇਸ਼ ਦੇ ਵਿੱਚ ਬਾਰ ਬਾਰ ਆ ਰਹੇ। ਇਹ ਕਿਉਂ ਆ ਰਹੇ? ਕਿਉਂਕਿ ਸਰਕਾਰ ਨੇ ਇੱਕ ਜਿੱਦ ਫੜੀ ਹੋਈ ਹੈ। ਤੁਸੀਂ ਬਾਰ ਬਾਰ ਪੁੱਛ ਰਹੇ ਸੀ ਕਿ ਸਰਕਾਰ ਕਿਹਦੀ ਸੁਣੂਗੀ, ਹੁਣ ਤੱਕ ਲੱਗਦਾ ਹੈ ਸਰਕਾਰ ਕਾਰਪੋਰੇਟ ਦੀ ਸੁਣ ਰਹੀ ਹੈ, ਕਿਸਾਨਾਂ ਦੀ ਨਹੀਂ ਸੁਣ ਰਹੀ, ਕਿ ਸਰਕਾਰ ਕਮਜ਼ੋਰ ਬੰਦੇ ਦੀ ਨਹੀਂ ਸੁਣ ਰਹੀ ਜਿਹੜੇ ਤਾਕਤਵਰ ਨੇ ਉਹਨਾਂ ਦੀ ਸੁਣ ਰਹੀ ਹੈ। ਸਰਕਾਰ ਨੂੰ ਇਹ ਵੀ ਸੁਭਾਅ ਬਣਾਉਣ ਦੀ ਲੋੜ ਹੈ ਕਿਉਂਕਿ ਉਹ ਲੋਕਤੰਤਰ ਵਾਸਤੇ ਜ਼ਰੂਰੀ ਵੀ ਹੈ ਤੇ ਦੇਸ਼ ਦੀ ਜਨਤਾ ਦੀ ਆਵਾਜ਼ ਸੁਣੀ ਜਾਵੇ। ਜਿਹੜੇ ਪਿੰਡਾਂ 'ਚ ਰਹਿੰਦੇ ਨੇ, ਜਿਹੜੇ ਕਮਜ਼ੋਰ ਨੇ, ਜਿਹੜੇ ਆਦਿਵਾਸੀ ਏਰੀਆ 'ਚ ਰਹਿੰਦੇ ਨੇ, ਜਿਹੜੇ ਮਾਰਜਨਲਾਈਜ਼ ਨੇ, ਉਹਨਾਂ ਦੀ ਆਵਾਜ਼ਾਂ ਸੁਣਨੀ ਚਾਹੀਦੀਆਂ ਨੇ। ਜੇ ਗੱਲ ਸੁਣਨ ਦਾ ਵਿਸ਼ਵਾਸ ਲੋਕਾਂ 'ਚ ਹੋਏਗਾ, ਸਰਕਾਰ ਇਹ ਵਿਸ਼ਵਾਸ ਦਵਾ ਸਕੇਗੀ ਕਿ ਅਸੀਂ ਤੁਹਾਡੀ ਗੱਲ ਸੁਣਾਂਗੇ, ਸਾਰਿਆਂ ਦੀ ਸੁਣ ਕੇ ਦੇਸ਼ ਦੇ ਸਮਾਜ ਵਾਸਤੇ ਬਿਹਤਰ ਕੰਮ ਅੱਗੇ ਲੈ ਕੇ ਅੱਗੇ ਵਧਾਂਗੇ ਤੇ ਡੈਡਲੌਕ ਨਹੀਂ ਹੋਣਗੇ। ਪਰੰਤੂ ਸਰਕਾਰ ਬਾਜ਼ਿਦ ਹੈ ਕਿ ਅਸੀਂ ਨਾ ਤਾਂ ਗੱਲ ਸੁਣਨੀ ਹੈ, ਨਾ ਅਸੀਂ ਕਾਨੂੰਨ ਵਾਪਸ ਲੈਣੇ ਨੇ। ਅਸੀਂ ਲੋਕਡਾਊਨ ਦੇ ਵਿੱਚ ਆਰਡੀਨੈਂਸ ਲਿਆ ਕੇ ਲਾਗੂ ਕਰ ਦਿੱਤੇ, ਫਿਰ ਅਸੀਂ ਪਾਸ ਕਰ ਦਿੱਤੇ ਰਾਜ ਸਭਾ ਦੇ ਵਿੱਚ, ਤਾਂ ਅਸੀਂ ਡਿਮਾਂਡ ਤੋਂ ਬਾਅਦ ਵੋਟਿੰਗ ਵੀ ਨਹੀਂ ਕਰਵਾਈ। ਹੁਣ ਅਸੀਂ ਕੋਈ ਗੱਲ ਨਹੀਂ ਸੁਣਨੀ, ਅਸੀਂ ਤਾਂ ਬਿਲਕੁਲ ਅੜੇ ਹਾਂ। ਹੁਣ ਤੁਸੀਂ ਪੰਜਾਬ ਦੇ ਜਿਹੜੇ ਰੇਲ ਦੀ ਗੱਲ ਕਰ ਰਹੇ ਹੋ, ਉੱਥੇ ਆ ਕੇ ਮਾਮਲਾ ਫਸਦਾ ਹੈ। ਫਸਦਾ ਕਿਵੇਂ? ਕੇਂਦਰ ਸਰਕਾਰ, ਤੁਸੀਂ ਠੀਕ ਕਿਹਾ, ਕੇਂਦਰ ਸਰਕਾਰ ਦੀ ਤੇ ਰੇਲਵੇ ਦੀ ਆਪਦੀ ਪੁਲਿਸ ਹੁੰਦੀ ਹੈ। ਰੇਲਵੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕ੍ਰਾਈਮ ਹੋ ਜਾਂਦਾ ਹੈ, ਉਹ ਸਟੇਟ ਦੀ ਪੁਲਿਸ ਨਹੀਂ ਉਹਦੀ ਜਾਂਚ ਕਰਦੀ, ਉਹ ਰੇਲਵੇ ਪੁਲਿਸ ਕਰਦੀ ਹੈ। ਇਸ ਕਰਕੇ ਸਟੇਟ ਸਬਜੈਕਟ ਕਹਿਣਾ ਇਸ ਬਹੁਤ ਸਿੰਪਲੀਫਾਈਡ ਹੋਏਗਾ ਕਿ ਸਟੇਟ ਸਬਜੈਕਟ ਕੇਂਦਰ ਪਾਸੇ ਕਰਦੀ ਹੈ। ਪਰ ਕੁਐਸਚਨ ਰਿਮੇਨਸ, ਕੇਂਦਰ ਸਰਕਾਰ ਨੂੰ ਵੀ ਹੁਣ ਪਤਾ ਹੈ ਕਿ ਜੇ ਪੰਜਾਬ ਦੇ ਵਿੱਚ ਰੇਲ ਦੇ ਉੱਤੇ ਲੋਕ ਬੈਠਣਗੇ ਤਾਂ ਉਹਨਾਂ ਨੂੰ ਉਠਾਇਆ ਗਿਆ ਜ਼ਬਰਦਸਤੀ ਤੇ ਫਿਰ ਉਹਦੇ ਲੈਣੇ ਦੇਣੇ ਪੈ ਜਾਣਗੇ। ਪਰ ਹੁਣ ਇੱਥੇ ਜਿਹੜੇ ਹਾਲਾਤ ਦਿਸਦਾ ਹੈ ਇਹ ਉਹ ਹਾਲਤ ਨਹੀਂ ਹੈਗੇ। ਹੁਣ ਤਾਂ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਹੈ ਕਿ ਅਸੀਂ ਰੇਲ ਨਹੀਂ ਰੋਕ ਰਹੇ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਅਚਾਨਕ ਕਿਤੇ ਰੇਲ ਰੁਕੀ ਤੇ ਉਹਨਾਂ ਨੇ ਅਚਾਨਕ ਬਹਾਨਾ ਬਣਾ ਲਿਆ ਕਿ ਹੁਣ ਅਸੀਂ ਨਹੀਂ ਚਲਾਉਣੀ। ਇਹ ਜਿਹੜਾ ਹੈ ਪੰਜਾਬ ਸਰਕਾਰ ਦੀ ਤੇ ਕਿਸਾਨ ਯੂਨੀਅਨਾਂ ਦੀ ਬਾਹ ਮਰੋੜਨ ਦਾ ਤਰੀਕਾ ਹੈ ਕਿ ਹੁਣ ਜਿਹੜੇ ਕਿਸਾਨਾਂ ਨੂੰ ਲੋੜ ਹੈ ਕਿਸੇ ਚੀਜ਼ ਦੀ, ਕਿ ਕੋਇਲਾ ਵੀ ਆਵੇ, ਯੂਰੀਆ ਵੀ ਆਵੇ, ਇਹ ਜਿਹੜੀ ਜ਼ਰੂਰਤਾਂ ਨੇ ਇਹ ਜੇ ਪੂਰੇ ਨਹੀਂ ਹੋਣਗੀਆਂ ਤੇ ਸਮਾਜ ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਖੜਾ ਹੋ ਜੇ। ਇਹ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਜਿਹਨੂੰ ਕਿਸਾਨ ਯੂਨੀਅਨਾਂ ਨੇ ਸਮਾਜ ਨੂੰ ਨਾਲ ਲੈ ਕੇ ਇਹਦਾ ਜਵਾਬ ਦਿੱਤਾ ਹੈ। ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਚੱਕਿਆ ਅਰਜੀਤ ਗੁਦਾਰਾ। ਦਿਆਲ ਸੋਢੀ ਜੀ, ਇੰਪੋਰਟੈਂਟ ਪੁਆਇੰਟ ਇਹ ਹੈ ਕਿ ਰੇਲ ਲਾਈਨਾਂ ਦੇ ਉੱਤੇ ਜੇ ਤੁਹਾਡੇ ਮੁਤਾਬਕ, ਮੈਂ ਮੰਨਣਾ ਤੁਸੀਂ ਜਿਹੜਾ ਕਹਿ ਰਹੇ ਹੋ ਕਿ 32 ਥਾਵਾਂ ਤੇ ਕਿਸਾਨ ਬੈਠੇ ਹੋਏ ਆ, ਤੁਸੀਂ ਉਹਨਾਂ ਨੂੰ ਕਿਸਾਨ ਕਦੇ ਕਹਿ ਦਿੰਦੇ ਹੋ, ਕਦੇ ਵਿਚੋਲੇ ਕਹਿ ਦਿੰਦੇ ਹੋ, ਕਦੇ ਅੰਦੋਲਨ ਕਰ ਰਹੇ, ਤੁਹਾਡੇ ਕੋਲ ਆਪਦੇ ਆਪਦੇ ਸ਼ਬਦ ਆ। ਦਿਆਲ ਸੋਢੀ ਜੀ, ਮੇਰਾ ਸਵਾਲ ਇਹ ਹੈ ਕਿ ਤੁਸੀਂ ਵੀ ਕਿਸਾਨਾਂ ਦੇ ਨਾਲ ਟਕਰਾਅ ਤੋਂ ਬਚਦੇ ਪਏ ਹੋ, ਇਸ ਲਈ ਤੁਸੀਂ ਸਿਆਸੀ ਟਕਰਾਅ ਦੇ ਵਿੱਚ ਪੈ ਗਏ ਹੋ ਕਿ ਕਿਸਾਨ ਅੰਦੋਲਨ ਨੂੰ ਜੇ ਅਸੀਂ ਛੇੜਾਂਗੇ ਤਾਂ ਸਾਡੇ ਤੇ ਉਲਟ ਪੈ ਜਾਣਾ ਕੰਮ, ਤੇ ਜਿਹੜੇ ਜਵਾਬ ਤੁਸੀਂ ਖੜੇ ਕਰ ਰਹੇ ਹੋ ਅਰਬਨ ਨਕਸਲਵਾਦ ਦੇ, ਉਹ ਵੀ ਤੁਹਾਡੇ ਲਈ ਅਗੇਂਸਟ ਚੱਲ ਜਾਣਗੇ। ਇਸ ਲਈ ਸਰ ਤੁਸੀਂ ਉੱਥੋਂ ਬਚਦੇ ਪਏ ਹੋ ਕਿ ਕਿਸਾਨਾਂ ਨਾਲ ਗੱਲਬਾਤ ਨਾ ਕੀਤੀ ਜਾਵੇ, ਸਿਆਸਤ ਖੇਡੀ ਜਾਵੇ, ਬਸ ਘੁਮਾਇਆ ਜਾਓ ਸਾਰਿਆਂ ਨੂੰ। ਦਿਆਲ ਸੋਢੀ ਜੀ 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 ਦੇਖੋ ਕੇਪੀ ਸਿੰਘ ਜੀ, ਇਹੋ ਜੀ ਕੋਈ ਗੱਲ ਨਹੀਂ ਹੈ। ਮੈਂ ਪਹਿਲਾਂ ਵੀ ਕਿਹਾ ਕਿ ਕਿਸਾਨ ਸਾਡੇ ਬੜੇ ਸਨਮਾਨਯੋਗ ਨੇ, ਅਸੀਂ ਕਿਸਾਨਾਂ ਨੂੰ ਜਿਹੜਾ ਹੈਗਾ ਨਤਮਸਤਕ ਹੁੰਦੇ ਹਾਂ। ਲੇਕਿਨ ਹੁਣ ਪ੍ਰੋਬਲਮ ਕੀ ਹੈ ਕਿ ਜਿਸ ਤਰ੍ਹਾਂ ਤੁਸੀਂ ਰੇਲ ਗੱਡੀਆਂ ਦੀ ਗੱਲ ਕਰ ਰਹੇ ਹੋ ਕਿ 31 ਕਿਸਾਨ ਜਥੇਬੰਦੀਆਂ ਨੇ ਜਾਂ 30 ਕਿਸਾਨ ਜਥੇਬੰਦੀਆਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਜਿਹੜੇ ਹੈਗੇ ਟਰੈਕ ਖਾਲੀ ਕਰ ਦਿੱਤੇ, ਲੇਕਿਨ ਕੁਛ ਜਥੇਬੰਦੀਆਂ ਨੇ 4-5 ਟਰੈਕ ਜਿਹੜੇ ਰੋਕੇ ਹੋਏ ਆ ਉਹਨਾਂ ਨੇ ਬਿਲਕੁਲ ਨਾ ਕਰ ਦਿੱਤੀ। ਤੇ ਹੁਣ ਇੱਥੇ ਕੋਈ ਪਿੱਕ ਚੂਜ ਵਾਲੀ ਗੱਲ ਨਹੀਂ ਹੈ ਕਿ ਆ ਉਹ ਕਹਿਣ ਕਿ ਜਿਵੇਂ ਜੰਡਿਆਲਾ ਗੁਰੂ ਦੇ ਵਿੱਚ ਬੈਠੇ ਆ, ਰਾਜਪੁਰਾ ਦੇ ਵਿੱਚ ਹੈ, ਮਾਨਸਾ ਦੇ ਵਿੱਚ ਹੈ। ਜੇ ਹੁਣ ਕਿਸਾਨ ਜਥੇਬੰਦੀਆਂ ਜਾਂ ਕੋਈ ਹੋਰ ਲੋਕ ਇਹ ਗੱਲ ਕਹਿਣ ਕਿ ਇੱਥੇ ਰੇਲਾਂ ਨਹੀਂ ਚੱਲਣੀਆਂ, ਉੱਥੇ ਰੇਲਾਂ ਚੱਲਣਗੀਆਂ, ਹੁਣ ਪੰਜਾਬ ਦੇ ਵਿੱਚ ਖਾਦ ਤਾਂ ਸਾਰੇ ਲੋਕਾਂ ਨੂੰ ਚਾਹੀਦੀ ਆ, ਕਿਸਾਨਾਂ ਨੂੰ, ਵਪਾਰੀਆਂ ਨੂੰ ਵੀ ਸਾਰੇ ਥਾਂ ਸਮਾਨ ਢੋਣਾ ਹੈ, ਵਪਾਰੀਆਂ ਨੇ ਵੀ ਸਾਰੇ ਥਾਂ ਸਮਾਨ ਢੋਣਾ ਹੈ। ਦਿਆਲ ਸੋਢੀ ਜੀ, ਦਿਆਲ ਸੋਢੀ ਜੀ ਮੈਨੂੰ ਇੱਕ ਟਰੈਕ ਦੱਸ ਦਿਓ ਸਰ ਜਿਹੜੇ ਟਰੈਕ ਤੇ ਕਿਸਾਨ ਬੈਠੇ ਹੋਣ ਤੇ ਤੁਸੀਂ ਉੱਥੋਂ ਗੱਡੀ ਲਗਾਉਣੀ ਹੋਵੇ ਤੇ ਕਿਸਾਨਾਂ ਰੋਕ ਦਿੱਤੀ ਹੋਵੇ। ਜੰਡਿਆਲਾ ਗੁਰੂ ਦੇ ਵਿੱਚ ਜੀ, ਮਾਨਸਾ ਜਿਹੜਾ ਬਣਾ ਵਾਲੀ ਲੱਗਿਆ ਉੱਥੇ ਰੇਲ ਰੋਕੀ ਹੋਈ ਹੈ। ਸਰ ਬਣਾ ਵਾਲੀ ਕਿਉਂ ਰੋਕੀ ਹੋਈ ਹੈ ਤੁਹਾਨੂੰ ਪਤਾ? ਸਰ ਤੁਸੀਂ ਉੱਥੇ ਰਹਿਣ ਵਾਲੇ ਹੋ, ਬਣਾ ਵਾਲੀ ਕਿਉਂ ਰੋਕੀ ਹੋਈ ਤੁਹਾਨੂੰ ਪਤਾ? ਸਰ ਮੈਨੂੰ ਪਤਾ ਜੀ, ਉਹ ਸਰ ਫਿਰ ਪੂਰੀ ਗੱਲ ਕਰੋ ਨਾ, ਅਧੂਰੀ ਗੱਲ ਕਿਉਂ ਕਰਦੇ ਹੋ ਸਰ ਤੁਸੀਂ?
वो थर्मल लाइन जाती है सर, वो तो थर्मल को सप्लाई होंगी है, वो थर्मल कहता निजी हाथों वाला थर्मल है, इसलिए रेल रोकी हुई है उत्थे, इसलिए रेल लाइन से बैठे है। केपी सिंह जी आप इस गल पॉजिटिव रहिए, अदूरी गल क्यों करते सर, पूरी गल करो ना। जंडियाला गुरु के किसान जथेबंदियों ने कहा कि असं ट्रैक खाली नहीं करांगे, तो वह भी एक पंजाब का हिस्सा है केपी सिंह जी। चलो दयाल छोटी जी, तुम भी अद्धी गल कर दौ, अद्धी गल उन्नी कर दौ जिनी सूट कर दौ तुम, क्योंकि तुहाडी पार्टी लाइन है सर। हाँ गुदारा साहब। सर मैं एक ही गल कह रहा था, सोडी साहब कह रहे हैं कि दो तीन था इन्होंने दस दो तीन ट्रैक रुके हुए हैं, पर अज पंजाब दे विच हरियाणा दे विच रोड जाम सीगे, पर कि जिथे रोड जाम जिहड़े नहीं सी कि उत्थे लोग सड़कां ते नहीं निकले, या कि मान लो जे किते एक ट्रैक रुक जे ते किसान या कोई भी जथेबंदी किसी तरह के अंदोलन विच रोक देवे, ते कि केंद्र सरकार ये कहेगी असीं हुण सारी रेलां रोक देंगे, कि कल नूं केंद्र सरकार यह भी कह देगी कि पंजाब दे विच रेल नहीं चलती सारे देश दे विच रोक देंगे, यह जिथे चल रही है तुसीं उत्थे क्यों नहीं चला रहे। अगली गल तो फिर है ना, जो पता लग गया कि आए बाकी चल गए तो तीन ट्रैक रुके रहे, गल अगली फिर होनी है, तुम पहला केंद्र सरकार तो गारंटी मंगी जाने, केंद्र साहब ने ठीक किया गारंटी अज तक कितने कितने मंगी जाती है, कि गारंटी मंगने का रिवाज कोई है, अंदोलन करके तुम मंगी कि पंजाब सरकार ने भी कहा कि खाली करो, किसान जथेबंदियों ने कहता असं खाली कर रहे हैं, मान लिया थोड़ी गल कि कोई जथेबंदी नहीं कर रही, या जिम्मे के पी ने कहा प्राइवेट कंपनियों जो माल जा रहे उन्होंने रोकने की गल है, वो ना तो सारे पंजाब को क्यों रोकने की कोशिश कर रहे हो, छोटा ब्रेक लेके वापस आऊंगा सर। संघर्ष तो सियासत की चाहती है सरकार, वापस आके फिर पूछूंगा जरूर कि खेती कानून ते केंद्र सरकार किसे धिर दी सुनेगी। हरदीप सिंह किंगरा, वैसे ये सवाल बहुत पहला तो उठता पाया, पर यह सवाल मैं अज पूछना पै रहा, कांग्रेस की सरकार किते इस मुद्दे जरिए अस्तीफा देने की तैयारी में तो नहीं बैठी, एक सवाल यह है। दूजा सवाल यह है, तुसी आपदे आप नूं किसान हितैषी पेश करके बाकी सियासी धिरां नूं 2022 दे लई कॉर्नर करन की कोशिश में तो नहीं लगे हुए। ये दो सवाल है हरदीप सिंह किंगर, जो सवाल तुम्हें पसंद है सर उनका जवाब दे दो। केपी पहले एक छोटी जी मैं गल करूंगा सोढ़ी साहब वास्ते, सोढ़ी साहब गोदरा दे विच गड्डी साड़ दिती गई सी ते बंदे भी साड़ दिते गए सी, ते मानयोग प्रधानमंत्री अज दे जिहड़े हैगे आ श्री नरेंद्र मोदी जी, वह गुजरात के मुख्यमंत्री सी, कि उन्होंने उस वेले गरंटी लिख के दिती सी दोबारा गड्डिया चलाउण वास्ते भी दोबारा गड्डिया तां चलणगियां जे गोदरा वर्गा कुछ नहीं होगा, कदे रिकॉर्ड कढ के वेखियो जे इहो जिहियां गल्लां ना करो, पंजाब नाल धक्का ना करो। हुण गल तुहाडी गल दा जवाब दिंदा मैं, केपी तुहाडी गल दा जवाब है कि अस्तीफा देण वाली गल है, जे केंद्र सरकार इस तरह के हालात पैदा कर दिंदी है, देखो केंद्र सरकार सूबे की सरकार नूं मेजोरिटी के हुंदियां भी डिसमिस कर सकती है, यह भी कानून हैगा, बरनाला साहब वेले कीता भी गया सी, जिहड़ी असैंबली हुंदी है वह सस्पेंडड एनीमेशन च रख दित्ती जांदी है जिन्ना चर अगला इलेक्शन नहीं हुंदा ते गवर्नर राज कर दिता जांदा, इह कानून है साडे संविधान दे विच। जे केंद्र सरकार इत्थों तक सोची बैठी है ते फिर सूबा सरकार नूं बजाए के केंद्र बरखास्त करे अस्तीफा देण दे विच कोई इतराज नहीं होना चाहिए, मेरे विचार है। दूजी गल, जे तुसीं सोचो कि असीं 2022 देखो 2022 दा इलेक्शन कांग्रेस ने लड़ना ही लड़ना, बीजेपी के 13-14 MP जिहड़े इस इलाके दे हैगे आ उहदे नाल बीजेपी नूं कोई फर्क नहीं पैंदा, इलेक्शन बीजेपी ने भी लड़ना है, बीजेपी का पंजाब दे विच कोई आधार नहीं, अकालियां नाल जुड़ के बीजेपी का थोड़ा बहुत आधार बनता सी, अकालियां नाल टुट फुट हो गई, बीजेपी नूं पता है, सोढ़ी साहब नूं भी यह क्लीयर होनी चाहिए है, राज्यसभा चले जाएंगे सोढ़ी साहब लेकिन पार्लीमेंट नहीं जितते, इतने जिन्ना मर्जी जोर ला लो अकालिया तो बिना, ये तुसीं याद रखियो मेरी गल, मैं सारी डिस्कशन करके अकालिया के बीजेपी के नाल गल चलवाई सी जसदर तोता सिंह प्रधान हुंदे सी उदों अकाली दल दे, कि जे तुसीं केंद्र सरकार च हिस्सा पाउणा है। चलो हरदीप सिंह किंगरा, मैनूं तुहाडी गल तो इक गल तां क्लियर हो गई, जुड़ना पऊगा मैनूं तुहाडी गल, हरदीप सिंह किंगरा हां हां तुसीं मैनूं सियासी सवाल पुछिया सी, बिल्कुल बिल्कुल सर मैनूं, हां तुहाडे इस सियासी जवाब दे नाल मैनूं इक गल तां क्लीयर हो गई कि पंजाब दे विच दो ही प्लेयर रहणगे, कांग्रेस ते अकाली। हां जी डॉक्टर कुलदीप सिंह सर, 2022 का टारगेट क्यों मनिया जा रहा है सर, ये 2022 का टारगेट मन के सर किसान अंदोलन छोटा करने की कोशिश की जा रही है, मैं वार बार इस डिबेट के गल कहना सर, 2022 सोचोगे फिर पंजाब का सवाल ना सोचो सर। डॉक्टर कुलदीप सिंह
ਦੇਖੋ ਰਾਜਨੀਤਿਕ ਪਾਰਟੀਆਂ ਦੀ ਸਟ੍ਰੈਟਜੀ ਵਿੱਚੋਂ ਇਲੈਕਸ਼ਨ ਕਦੇ ਗੈਰ ਹਾਜ਼ਰ ਨਹੀਂ ਹੁੰਦੀਆਂ ਕੇਪੀ ਸਿੰਘ ਜੀ, ਹੋ ਹੀ ਨਹੀਂ ਸਕਦਾ ਜੀ, ਇਹ ਹੋ ਹੀ ਨਹੀਂ ਸਕਦਾ ਜੀ। ਤੇ ਇਸ ਕਰਕੇ ਮਤਲਬ ਇਸ ਗੱਲ ਨੂੰ ਕੋਈ ਨਹੀਂ ਝੁਠਲਾ ਸਕਦਾ ਕਿ ਇਹ ਜਦੋਂ ਅਸੀਂ ਕਿਸਾਨ ਦੀ ਐਜੀਟੇਸ਼ਨ ਪ੍ਰਤੀ ਗੱਲ ਕਰਦੇ ਹਾਂ, ਇਹ ਚੀਜ਼ਾਂ ਜਿਹੜੀ 2022 ਦੀ ਇਲੈਕਸ਼ਨ ਵਿੱਚ ਫਿਗਰ ਕਰਨਗੀਆਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਬੀਜੇਪੀ ਹੋਵੇ। ਰਹੀ ਗੱਲ ਅਸਲੀ ਮੁੱਲਿਆਂ ਦੀ, ਤੁਸੀਂ ਇਸ਼ਾਰਾ ਕੀਤਾ ਸੀ ਰੇਲਾਂ ਵਾਲੀ ਗੱਲ ਤੇ, ਆਪਾਂ ਗੱਲ ਕਾਫੀ ਕਰ ਲਈ। ਚਲੋ ਕਿਸਾਨ ਯੂਨੀਅਨ ਨੇ ਖੁਦ ਇਹ ਗੱਲ ਕਹੀ ਸੀਗੀ ਕਿ ਜੀ ਅਸੀਂ ਰੇਲਵੇ ਲਾਈਨ ਤੋਂ ਉੱਠ ਜਾਂਦੇ ਹਾਂ। ਮੈਂ ਮੁੱਢਲਾ ਸਵਾਲ ਰੇਜ ਕਰਦਾ, ਕਿਸਾਨ ਰੇਲਵੇ ਲਾਈਨਾਂ ਤੋਂ ਉੱਠ ਖੜੇ, ਰੇਲਾਂ ਚੱਲ ਪਈਆਂ, ਸਮਾਨ ਆ ਗਿਆ, ਕਿਸਾਨਾਂ ਨੇ ਓਨੀ ਦੇਰ ਤੱਕ ਇਹ ਐਜੀਟੇਸ਼ਨ ਖਤਮ ਨਹੀਂ ਕਰਨੀ ਜਿੰਨੀ ਦੇਰ ਤੱਕ ਉਹਨਾਂ ਦੇ ਅਸਲੀ ਮੁੱਦਿਆਂ ਦਾ ਹੱਲ ਨਹੀਂ ਲੱਭਿਆ ਜਾਂਦਾ। ਇਹ ਤਾਂ ਟੈਂਪਰੇਰੀ ਚੀਜ਼ਾਂ ਨੇ। ਅੱਛਾ, ਸੋਢੀ ਸਾਹਿਬ ਨੇ ਇੱਕ ਗੱਲ ਕਹੀ ਕਿ ਜੀ ਦੱਸੋ ਕਿੱਥੇ ਲਿਖਿਆ ਕਿ ਅਸੀਂ MSP ਬੰਦ ਕਰਾਂਗੇ। ਸੀ ਆਰਗੂਮੈਂਟ ਦੇ ਤੌਰ 'ਤੇ ਸੋਢੀ ਸਾਹਿਬ ਠੀਕ ਕਹਿ ਰਹੇ ਨੇ। ਮੈਂ ਹੁਣ ਦੋ ਗੱਲਾਂ ਤੁਹਾਨੂੰ ਦੱਸਦਾ ਜਿਹੜੀਆਂ ਗੱਲਾਂ ਹਰ ਕਿਸਾਨ ਯੂਨੀਅਨ ਦੇ ਬੱਚੇ ਨੂੰ ਪਤਾ ਨੇ। ਪਹਿਲੀ ਚੀਜ਼, ਮੋਦੀ ਸਾਹਿਬ ਦੀ ਸਰਕਾਰ ਜਦੋਂ ਪਹਿਲਾਂ ਆਈ ਉਸ ਤੋਂ ਬਾਅਦ ਇੱਕ ਸ਼ਾਂਤਾ ਕੁਮਾਰ ਕਮੇਟੀ ਬਣੀ ਜੀ, ਜਿਹਨੇ ਇਹ ਗੱਲ ਇਹ ਫਿਗਰ ਇਨਫੈਕਟ ਵੀ 6% ਹਿੰਦੁਸਤਾਨ ਵਿੱਚ ਪ੍ਰੋਕਿਓਰਮੈਂਟ ਹੁੰਦੀ ਹੈ, ਇਹ ਫਿਗਰ ਸ਼ਾਂਤਾ ਕੁਮਾਰ ਕਮੇਟੀ ਦੀਆਂ ਨੇ, 94% ਪ੍ਰੋਕਿਓਰਮੈਂਟ ਨਹੀਂ ਹੁੰਦੀ। ਉਸ ਕਮੇਟੀ ਨੇ ਰਿਕਮੈਂਡ ਕੀਤਾ ਕਿ ਜਿਹੜੀ ਪ੍ਰੋਕਿਓਰਮੈਂਟ ਆ ਉਹ ਬੰਦ ਹੋਣੀ ਚਾਹੀਦੀ ਹੈ। ਦੂਜੀ ਚੀਜ਼, ਐਗਰੀਕਲਚਰ ਪ੍ਰਾਈਜ਼ ਕਮਿਸ਼ਨ ਸਮੇਂ ਸਮੇਂ ਸਿਰ ਇੱਦਾਂ ਦੀਆਂ ਗੱਲਾਂ ਕਰਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਉਹਨਾਂ ਅਨਾਜ ਖਰੀਦੇ ਜਿੰਨਾ ਅਸੀਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਚਾਹੀਦਾ ਹੈ। ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ 'ਚ KP ਸਿੰਘ ਜੀ ਨੋਟ ਕਰ ਲਿਓ, ਜਿੰਨਾ ਸਾਡਾ ਜਿਹੜਾ ਹੈਗੀ ਨਾ ਲਿਮਿਟ, ਉਦੋਂ 3 ਗੁਣਾ ਜ਼ਿਆਦਾ ਅਨਾਜ ਦੇ ਭੰਡਾਰ ਹਿੰਦੁਸਤਾਨ ਦੀ ਸਰਕਾਰ ਕੋਲ ਪਏ ਨੇ। ਸੋ ਇਹਨਾਂ ਕਾਰਨਾਂ ਦੇ ਹੁੰਦਿਆਂ ਹੋਇਆ ਜਿਹੜਾ ਕਿਸਾਨ ਦੇ ਮਨ ਵਿੱਚ ਡਰ ਹੈ ਉਹ ਰੀਅਲ ਹੈ। ਚਾਹੇ ਦੋਨੋਂ ਗੱਲਾਂ ਕਿਤੇ ਨਹੀਂ ਲਿਖੀਆਂ ਹੋਈਆਂ ਕਿ MSP ਬੰਦ ਹੋਏਗੀ ਜਾਂ ਨਹੀਂ ਹੋਏਗੀ। ਸੋ ਮੈਂ ਇੱਥੇ ਗੱਲ ਮੁਕਾਉਣੀ ਹੈ ਕਿ ਜਿੰਨੀ ਦੇਰ ਤੱਕ ਇਸ ਅਸਲੀ ਕਿਸਾਨ ਦੇ ਡਰ ਦੀ ਗੱਲ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਇਸ ਸਮੱਸਿਆ ਦਾ ਹੱਲ ਨਹੀਂ। ਪੰਜਾਬ ਵਿੱਚ 69% ਕਿਸਾਨ 2.5 ਏਕੜ ਤੋਂ ਘੱਟ ਵਾਲੇ ਨੇ, ਜਿਹੜਾ ਕਿਸਾਨ ਸਰਕਾਰ ਦੀ ਸਪੋਰਟ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਜਿੰਨੀ ਦੇਰ ਤੱਕ ਇਹਨਾਂ ਮਸਲਿਆਂ 'ਤੇ ਵਿਚਾਰਿਆ ਨਹੀਂ ਜਾਂਦਾ, ਕਿਸਾਨ ਦੇ ਸਮੱਸਿਆ ਦਾ ਹੱਲ ਨਹੀਂ ਨਿਕਲਦਾ। ਬਾਕੀ ਚੀਜ਼ਾਂ ਜਿਵੇਂ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਰੂਟ ਕਾਜ ਕੀ ਆ, ਸਿਮਟਮ ਕੀ ਆ, ਬਾਕੀ ਹੈਗੇ ਸਿਮਟਮ, ਇਹ ਹੈਗਾ ਰੂਟ ਕਾਜ। ਠੀਕ ਹੈ ਰਜੀਵ ਦਾਰਾ ਜੀ, ਰੂਟ ਕਾਜ ਪਾਸੇ ਪਿਆ ਅਤੇ ਰਾਜਨੀਤੀ ਅੱਗੇ ਆ ਗਈ, ਵਜ੍ਹਾ? ਦੇਖੋ ਇਹ ਮੁਹਾਵਰਾ ਥੋੜਾ ਮੈਂ ਇਹਦੇ ਨਾਲ ਡਿਫਰੈਂਟ ਤਰੀਕੇ ਨਾਲ ਕਹਾਂਗਾ। ਇਹ ਜਦੋਂ ਅਸੀਂ ਕਹਿੰਦੇ ਹਾਂ ਰਾਜਨੀਤੀ ਕੀਤੀ ਜਾ ਰਹੀ ਹੈ, ਸਿਆਸਤ ਕੀਤੀ ਜਾ ਰਹੀ ਹੈ, ਐਂ ਲੱਗਦਾ ਜਿਵੇਂ ਅਸੀਂ ਕਹਿ ਰਹੇ ਹਾਂ ਸਿਆਸਤ ਨਹੀਂ ਹੋਣੀ ਚਾਹੀਦੀ। ਨਹੀਂ ਨਹੀਂ ਸਿਆਸਤ ਹੋਣੀ ਚਾਹੀਦੀ ਸਰ, ਰਾਜਨੀਤੀ ਅੱਗੇ ਆ ਗਈ। ਮੈਂ ਕਹਿ ਰਿਹਾ ਰਜੀਵ ਦਾਰਾ ਰਜੀਵ ਦਾਰਾ ਜੀ, ਮੈਂ ਕਹਿ ਰਿਹਾ ਰਾਜਨੀਤੀ ਅੱਗੇ ਆ ਗਈ। ਸਰ ਮੈਂ ਕਿਸੇ ਨੂੰ ਰਿਸਪੋਂਡ ਨਹੀਂ ਕਰ ਰਿਹਾ, ਮੈਂ ਆਪਦੀ ਗੱਲ ਨੂੰ ਆਪਦੇ ਤਰੀਕੇ ਨਾਲ ਕਹਿ ਰਿਹਾ ਜੀ। ਬੋਲੋ। ਮੈਂ ਕਹਿ ਰਿਹਾ ਸਿਆਸਤ ਹੋਣੀ ਚਾਹੀਦੀ ਹੈ, ਕਿਸਾਨਾਂ ਦੇ ਇਸ ਮੁੱਦੇ ਤੇ ਵੀ ਸਿਆਸਤ ਹੋਣੀ ਚਾਹੀਦੀ ਹੈ। ਕਿਸਾਨ ਅੱਖਾਂ ਖੋਲ ਕੇ, ਕੰਨ ਖੋਲ ਕੇ, ਤੇ ਕਿਸਾਨ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਸਾਰੀ ਚੀਜ਼ਾਂ ਤੇ ਰਾਜਨੀਤਿਕ ਮੁਹਾਵਰੇ 'ਚ ਗੱਲ ਕਰਨ। ਗੱਲ ਇਹ ਹੋਣੀ ਚਾਹੀਦੀ ਹੈ ਕਿ ਕਿਸਾਨ ਨੂੰ ਜਿਹੜੀ ਹੈ MSP ਮਿਲੀ ਹੈ ਕਿ ਨਹੀਂ ਮਿਲੀ ਹੈ, ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਹੈ। ਤੇ ਜਿਹੜੇ ਬੰਦੇ ਕਹਿੰਦੇ ਨੇ, ਚਾਹੇ ਕਾਂਗਰਸ ਹੋਵੇ ਚਾਹੇ BJP ਹੋਵੇ, ਜਿਨ੍ਹਾਂ ਨੇ MSP ਸਾਰੀ ਫਸਲਾਂ ਦੀ ਨਹੀਂ ਦਿੱਤੀਆਂ, ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਉਹਦੀ ਜਵਾਬਦੇਹੀ ਵੀ ਕਿਸਾਨ ਮੰਗਣ, ਇਹ ਰਾਜਨੀਤਿਕ ਮੁੱਦਾ ਹੈ। ਤੇ ਹੁਣ ਅੱਗੇ ਵੀ MSP ਮਿਲੇਗੀ, MSP ਕਿਵੇਂ ਮਿਲੇਗੀ? MSP ਦਾ ਇੱਕੋ ਹੀ ਆਧਾਰ ਹੈ, ਹੁਣ ਤੱਕ ਸਰਕਾਰ ਕਹਿੰਦੀ ਹੈ PDS ਤੇ ਦਿੰਦੇ ਹਾਂ, ਪੰਜਾਬ ਸਰਕਾਰ ਬੈਠੀ ਹੈ, ਕੇਂਦਰ ਸਰਕਾਰ ਬੈਠੀ ਹੈ। ਹਾਈਕੋਰਟ 'ਚ ਕੇਸ ਚੱਲ ਰਿਹਾ 2016 ਤੋਂ, ਉਹ ਲਗਾਤਾਰ ਕਹਿ ਦਿੰਦੇ ਨੇ ਕੇਂਦਰ ਸਰਕਾਰ ਨੇ ਸਾਨੂੰ ਪੈਸਾ ਨਹੀਂ ਦਿੱਤਾ, ਉਹ ਕਹਿ ਦਿੰਦੇ ਨੇ PDS ਵਾਸਤੇ ਅਸੀਂ ਖਰੀਦਦੇ ਨਹੀਂ, ਮੱਕਾ ਅਸੀਂ ਨਹੀਂ ਦਿੰਦੇ, ਬਾਰ ਬਾਰ ਦੇ ਉਹਨਾਂ ਦੇ ਜਵਾਬ ਨੇ। ਇਸ ਕਰਕੇ ਕਿਸਾਨਾਂ ਦਾ ਜਿਹੜਾ PDS ਤੋਂ ਇਲਾਵਾ ਵੀ ਜਿਹੜੀ ਫਸਲਾਂ ਨੇ ਉਹਨਾਂ ਦੀ ਖਰੀਦਦਾਰੀ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਪੈਸਾ ਅਲਾਟ ਕਰਨਾ ਹੀ ਪਏਗਾ, ਕੇਂਦਰ ਸਰਕਾਰ ਨੂੰ ਇਸ ਵੱਲ ਸੋਚਣਾ ਹੀ ਪਏਗਾ। ਇਸ ਗੱਲ ਬਾਰੇ ਕਾਂਗਰਸ ਹੋਵੇ, BJP ਹੋਵੇ, ਅਕਾਲੀ ਹੋਣ, ਕੋਈ ਹੋਰ ਪਾਰਟੀ ਹੋਵੇ, ਸਾਰਿਆਂ ਨੂੰ ਇਸ ਗੱਲ ਬਾਰੇ ਆਪਦੀ ਰਾਏ ਸਪਸ਼ਟ ਕਰਨੀ ਚਾਹੀਦੀ ਹੈ, ਵਰਨਾ ਤਾਂ ਕੀ ਹੋਏਗਾ? ਅੱਜ ਕਾਂਗਰਸ ਪੰਜਾਬ 'ਚ ਕੁਛ ਕਹਿ ਰਹੀ ਹੋਏਗੀ, ਕਿਸੇ ਰਾਜ ਦੇ ਵਿੱਚ ਕੁਛ ਕਹਿ ਰਹੀ ਹੋਏਗੀ, ਜਦੋਂ ਕੇਂਦਰ ਦੇ ਵਿੱਚ ਆਏਗੀ ਉਦੋਂ ਕੁਛ ਹੋਰ ਕਹਿ ਰਹੀ ਹੋਏਗੀ। ਇਹ ਜਿਹੜੀ ਕੁਛ ਹੋਰ ਕਹਿਣ ਦਾ ਵਕਤ ਨਾਲ ਬਦਲਣ ਦੀ ਗੱਲ ਹੈ, ਇਹ ਸਿਆਸਤ ਹੈ। ਇਸ ਸਿਆਸਤ ਨੂੰ ਵੀ ਕਿਸਾਨ ਆਪਦੇ ਸਿਆਸੀ ਪੁਆਇੰਟ ਨਾਲ ਵੇਖਣ ਤੇ ਸੁਨਿਸ਼ਚਿਤ ਕਰਨ ਕਿ ਇਸ ਦੇਸ਼ ਦੇ ਵਿੱਚ ਸਿਆਸਤ ਦੇ ਵਿੱਚ ਜਿੱਤ ਉਹਦੀ ਹੋਵੇਗੀ ਜਿਹੜੇ ਕਿਸਾਨ ਦੇ ਹਿੱਤ ਦੀ ਗੱਲ ਕਰੇਗਾ, ਸਮਾਜ ਦੇ ਹਿੱਤ ਦੀ ਗੱਲ ਕਰੇਗਾ, ਕਾਰਪੋਰੇਟ ਦੇ ਹਿੱਤ ਦੀ ਗੱਲ ਨਹੀਂ ਪੂਰੀ ਕਰੇਗਾ। ਇਹ ਸਿਆਸਤ ਦੀ ਮੁੱਦਾ ਹੈ, ਇਹ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਤੇ ਸਾਰਿਆਂ ਦੀ ਜਵਾਬਦੇਹੀ ਵੀ ਹੋਣੀ ਚਾਹੀਦੀ। ਤੁਸੀਂ ਇੱਕ ਪੁਆਇੰਟ ਫੋਕਸ ਕੀਤਾ, ਮੈਂ ਉਸੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਊਂਗਾ ਕਿ ਕਿਸਾਨਾਂ ਨੂੰ ਇਸ ਸਿਆਸਤ ਨੂੰ ਸਮਝਣਾ ਪਵੇਗਾ ਕਿ ਇਹ ਸਿਆਸਤ ਕੀ ਚਾਹੁੰਦੀ ਹੈ ਤੇ ਕਿਸਾਨ ਕੀ ਚਾਹੁੰਦੀ ਹੈ।
ਤੇ ਕਿਸਾਨ ਜਦੋਂ ਚਾਹੁੰਦੇ ਹੋਣ ਤੇ ਫਿਰ ਉਹਨਾਂ ਨੂੰ ਇਹ ਵੀ ਦੇਖਣਾ ਪਊਗਾ ਕਿ ਜਿਹੜੇ ਸਿਆਸੀ ਹਿੱਤ ਹੈ ਉਹ ਕਿਸਾਨਾਂ ਦੇ ਹਿੱਤਾਂ ਦੇ ਉੱਪਰ ਤਾਂ ਨਹੀਂ ਆ ਰਹੇ ਕਿ ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਹੋਣਗੇ ਸਵਾਲ ਇੱਕੋ ਪੁੱਛ ਰਿਹਾ ਕਿ ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਕਿਸੇ ਧਿਰ ਦੀ ਸੁਣੇਗੀ ਹਰਦੀਪ ਸਿੰਘ ਕਿੰਗਰਾ ਸਰ ਸਵਾਲ ਤੁਹਾਨੂੰ ਹੈ ਸਿੱਧਾ ਜਿਹੜਾ ਸਵਾਲ ਪਹਿਲਾਂ ਖੜ੍ਹਾ ਹੋਇਆ ਸੀਗਾ ਜਦੋਂ ਇੱਥੇ ਤੁਸੀਂ 115 MLA ਇਕੱਠੇ ਕਰ ਲਏ ਅਤੇ ਉਸ ਤੋਂ ਬਾਅਦ ਗਵਰਨਰ ਸਾਹਿਬ ਨੂੰ ਮਿਲਦੇ ਹੋ ਉਸ ਤੋਂ ਬਾਅਦ ਇਹ ਸਭ ਕੁਛ ਵੱਖ ਵੱਖ ਹੋ ਜਾਂਦਾ ਦਿੱਲੀ ਤੁਸੀਂ ਧਰਨਾ ਦਿੰਦੇ ਹੋ ਉੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਤੁਹਾਡੇ ਤੋਂ ਵੱਖ ਹੋ ਜਾਂਦੇ ਆ ਇੱਥੇ ਤੁਸੀਂ ਰੇਲ ਮੰਤਰੀ ਨੂੰ ਮਿਲਣ ਜਾਂਦੇ ਹੋ ਇੱਥੇ ਤੁਹਾਡੇ ਧੜੇ ਬਣ ਜਾਂਦੇ ਆ ਤੁਹਾਡੇ ਲੋਕ ਸਭਾ ਦੇ ਮੈਂਬਰ ਵੱਖਰੇ ਮਿਲਦੇ ਆ ਰਾਜ ਸਭਾ ਦੇ ਦੋ ਮੈਂਬਰ ਵੱਖਰੇ ਮਿਲਦੇ ਆ ਹਰਦੀਪ ਸਿੰਘ ਕਿੰਗਰਾ ਤੁਸੀਂ ਕਿਸਾਨ ਜਥੇਬੰਦੀ ਦੇ ਇੱਕ ਅਤੇ ਸਵਾਲ ਪਹਿਲੇ ਸੈਗਮੈਂਟ 'ਤੇ ਖੜ੍ਹਾ ਕੀਤਾ ਸੀ ਹਰਦੀਪ ਸਿੰਘ ਕਿੰਗਰਾ ਸਰ ਆਪਦੇ ਸਿਆਸੀ ਇੱਕੇ ਦਾ ਵੀ ਸਵਾਲ ਕਰ ਲਿਆ ਕਰੋ ਦੇਖੋ ਸਿਆਸਤ ਜਿਹੜੀ ਹੈ ਨਾ ਉਹਦਾ ਨਾਂ ਹੀ ਡਿਵੀਜ਼ਨ ਹੈ ਜੇ ਸਿਆਸਤ ਏਕਾ ਹੋਵੇ ਤੇ ਫਿਰ ਤਾਂ ਵਨ ਪਾਰਟੀ ਰੂਲ ਚਾਈਨਾ ਵਾਲਾ ਹੋਵੇ ਜਿਹੜਾ ਬੰਦਾ ਉਲਟ ਬੋਲਦਾ ਉਹਦਾ ਸਿਰ ਵੱਢ ਦਿਓ ਉਹਦੇ ਗੋਲੀ ਮਾਰ ਦਿਓ ਫਿਰ ਰਸ਼ੀਆ ਵਾਲਾ ਹਾਲ ਹੋਵੇ 50 ਸਾਲ ਵਾਸਤੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਉਹ ਕਹਿੰਦਾ ਮੈਂ ਸਾਰੀ ਉਮਰ ਵਾਸਤੇ ਰਾਸ਼ਟਰਪਤੀ ਬਣ ਗਿਆ ਜੇ ਸਿਆਸਤ ਦੇ ਵਿੱਚ ਇੰਟਰਾ ਪਾਰਟੀ ਵਿਤਕਰਾ ਤੇ ਇੰਟਰ ਪਾਰਟੀ ਵਿਤਕਰਾ ਇਹ ਦੋਨੇ ਸਿਆਸਤ ਦਾ ਹਿੱਸਾ ਨੇ ਸੋ ਕਾਂਗਰਸ ਇਹਨਾਂ ਦੋਨਾਂ ਤੋਂ ਵਾਂਝੀ ਨਹੀਂ ਰਹਿ ਸਕਦੀ ਕੋਈ ਪਾਰਟੀ ਨਹੀਂ ਬੀਜੇਪੀ ਦੇ ਵਿੱਚ ਕਿੱਡੇ ਕਿੱਡੇ ਡਿਫਰੈਂਸਿਸ ਆਏ ਨੇ ਅਕਾਲੀ ਦਲ ਦੇ ਵਿੱਚ ਕਿੱਡੇ ਕਿੱਡੇ ਡਿਫਰੈਂਸ ਆਏ ਨੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਇੰਟਰਾ ਪਾਰਟੀ ਡਿਫਰੈਂਸਿਸ ਹੈਗੇ ਨੇ ਚਲੋ ਠੀਕ ਔਰ ਇੰਟਰ ਪਾਰਟੀ ਡਿਫਰੈਂਸਿਸ ਤਾਂ ਕੋਈ ਅਲੌਕਿਕ ਗੱਲ ਨਹੀਂ ਹੈ ਇਸ ਕਰਕੇ ਇਹਨੂੰ ਕਦੇ ਵੀ ਮੈਗਨੀਫਾਈ ਕਰਕੇ ਨਹੀਂ ਵੇਖਣਾ ਚਾਹੀਦਾ ਕੇਪੀ ਇਹ ਨਾਰਮਲ ਸਿਆਸੀ ਪਾਰਟੀਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਠੀਕ ਹੈ ਠੀਕ ਹੈ ਕਿਸਾਨ ਯੂਨੀਅਨ ਵਿੱਚ ਵੀ ਸਿਆਸਤ ਆ ਜਾਂਦੀ ਹੈ ਦਿਆਲ ਸੋਢੀ ਜੀ ਹਾਂਜੀ ਹਾਂਜੀ ਬਿਲਕੁਲ ਹੈ ਠੀਕ ਠੀਕ ਹੈ ਸਰ ਕਿਸਾਨ ਯੂਨੀਅਨ ਦੇ ਸਾਰੇ ਸਿਆਸਤ ਦੇ ਵਿੰਗ ਕਿਸਾਨ ਯੂਨੀਅਨ ਚ ਹੈਗੇ ਠੀਕ ਹੈ ਦਿਆਲ ਸੋਢੀ ਜੀ ਦਿਆਲ ਸੋਢੀ ਜੀ ਤੁਹਾਡਾ ਇੱਕ ਸੰਘ ਦਾ ਵਿੰਗ ਵੀ ਕਹਿ ਰਿਹਾ ਵਿਰੋਧ ਕਰਦਾ ਪਿਆ ਸਰ ਤੁਸੀਂ ਉਹਨਾਂ ਦੀ ਤਾਂ ਸੁਣ ਲਓ ਕਿ ਉਹਨਾਂ ਦੀ ਵੀ ਨਹੀਂ ਸੁਣਨੀ ਇਹਨਾਂ ਦੀ ਜੀ ਤੁਹਾਡਾ ਸੰਘ ਦਾ ਇੱਕ ਵਿੰਗ ਹੈ ਸਰ ਉਹ ਵੀ ਵਿਰੋਧ ਕਰਦਾ ਪਿਆ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਉਹਨਾਂ ਦੀ ਸੁਣ ਲਓ ਕਿ ਇਹਨਾਂ ਦੀ ਨਹੀਂ ਸੁਣਨੀ ਤਾਂ ਕੇਪੀ ਸਿੰਘ ਜੀ ਮੈਨੂੰ 2 ਮਿੰਟ ਹੁਣ ਟਾਈਮ ਦਿਓ ਬੋਲਣ ਦਾ ਸਾਰਿਆਂ ਨੇ ਬੋਲਿਆ ਮੈਨੂੰ ਵੀ ਦਿਓ ਟਾਈਮ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਕਿੰਗਰਾ ਸਾਹਿਬ ਨੇ ਗੱਲ ਕੀਤੀ ਹੈ ਕਿ ਬੀਜੇਪੀ ਪੰਜਾਬ 'ਚ ਨਹੀਂ ਆ ਸਕਦੀ ਤੇ ਅਸੀਂ ਅੰਦਾਜ਼ਾ ਲਾਉਂਦੇ ਸੀ ਕਿ ਤਿਰਪਾ ਤੁਸੀਂ ਆਪਦੇ ਸਵਾਲ ਤੇ ਖੜ ਗਏ ਸਰ ਆ ਜਾਓਗੇ ਸਰ ਤੁਸੀਂ ਮੈਂ ਕਹਿ ਰਿਹਾ ਸਰ ਆ ਜਾਓਗੇ ਤੁਸੀਂ ਆ ਜਾਓਗੇ ਕਿਸਾਨਾਂ ਦੀ ਗੱਲ ਮੰਨ ਲਓ ਸਰ ਆ ਜਾਓਗੇ ਤੁਸੀਂ ਮੈਨੂੰ ਪਾਰਟੀ ਨੂੰ ਕੁਐਸਚਨ ਕੀਤਾ ਤਾਂ ਮੇਰਾ ਜਵਾਬ ਦੇਣ ਦਾ ਵੀ ਹੱਕ ਬਣਦਾ ਕੇਪੀ ਜੀ ਉਹ ਸਰ ਐ ਤਾਂ ਸਵਾਲ ਆਪਾਂ ਇੱਕ ਦੂਜੇ ਦੇ ਜਵਾਬ ਦਿੰਦੇ ਰਵਾਂਗੇ ਸਰ ਫਿਰ ਮੈਂ ਕਾਹਲੀ ਬੈਠਾ ਸਰ ਮੈਨੂੰ ਨਾ ਸਵਾਲ ਕਰਨ ਦਿਓ ਫਿਰ ਇੱਕ ਮਿੰਟ ਤੁਹਾਡੇ ਮੈਂ ਜਵਾਬ ਤੇ ਆਉਣਾ ਮੈਂ ਅੱਜ ਵੀ ਮੈਂ ਤੁਹਾਡੇ ਇਸ ਚੈਨਲ ਤੋਂ ਬੜੇ ਸਾਫ਼ ਮਨ ਨਾਲ ਕਹਿ ਰਿਹਾ ਕਿ ਜਿਹੜਾ ਕਿਸਾਨਾਂ ਦਾ ਇਹ ਕਾਨੂੰਨ ਬਣਾਏ ਗਏ ਨੇ ਇਹਦੇ ਵਿੱਚ ਕੋਈ ਵੀ ਕਿਸਾਨ ਮਾਰੂ ਇਹੋ ਜਿਹੀ ਗੱਲ ਨਹੀਂ ਹੈ ਜਿਹੜੀ ਕਿਸਾਨ ਦੇ ਵਿਰੋਧ ਦੇ ਵਿੱਚ ਜਾਂਦੀ ਹੋਵੇ ਸਰ ਮੈਂ ਸਵਾਲ ਦਿਆਲ ਸੋਢੀ ਜੀ ਦਿਆਲ ਸੋਢੀ ਇੱਕ ਮਿੰਟ ਹਰਦੀਪ ਸਿੰਘ ਜੀ ਇਦਾਂ ਨਾ ਕਰੋ ਹਰਦੀਪ ਸਿੰਘ ਜੀ ਇਦਾਂ ਨਾ ਕਰੋ ਪਲੀਜ਼ ਇਦਾਂ ਨਾ ਕਰੋ ਦਿਆਲ ਸੋਢੀ ਜੀ ਮੈਂ ਸਰ ਸਵਾਲ ਤੁਹਾਨੂੰ ਇਹ ਕੀਤਾ ਸੀਗਾ ਇੱਕ ਮਿੰਟ ਸਰ ਸੁਣ ਲਓ ਦਿਆਲ ਸੋਢੀ ਜੀ ਦਿਆਲ ਸੋਢੀ ਸਰ ਸੁਣ ਲਓ ਸਰ ਸੁਣ ਲਓ ਸਰ ਦਿਆਲ ਸੋਢੀ ਜੀ ਸੁਣ ਲਓ ਦਿਆਲ ਸੋਢੀ ਜੀ ਮੈਂ ਸਵਾਲ ਕੀਤਾ ਸੀਗਾ ਸੰਘ ਦਾ ਜਿਹੜਾ ਤੁਹਾਡਾ ਵਿੰਗ ਹੈ ਉਹ ਵਿਰੋਧ ਕਰਦਾ ਪਿਆ ਸਰ ਉਹਨੂੰ ਤਾਂ ਜਵਾਬ ਦੇ ਦਿਓ ਬਾਕੀਆਂ ਨੂੰ ਛੱਡੋ ਤੁਸੀਂ ਮੈਂ ਕਹਿਣਾ ਕਿ ਕੋਈ ਵੀ ਕਿਸਾਨ ਸੰਘ ਹੈ ਚਾਹੇ ਕਿਸਾਨ ਯੂਨੀਅਨ ਹੈ ਅਸੀਂ ਇਹ ਗੱਲ ਉਹਨਾਂ ਨੂੰ ਕਹਿਣੀ ਚਾਹੁੰਦੇ ਹਾਂ ਕਿ MSP ਦੀ ਜਿਹੜੀ ਗੱਲ ਆਉਂਦੀ ਹੈ MSP ਸੀ MSP ਹੈ MSP ਰਹੂਗੀ ਸਰ MSP ਦਾ ਮੁੱਦਾ ਨਹੀਂ ਹੈਗਾ ਸਰ ਇਹ MSP ਦਾ ਮੁੱਦਾ ਹੀ ਨਹੀਂ ਹੈਗਾ ਸਰ ਇਹ ਫੈਡਰਲ ਸਟ੍ਰਕਚਰ ਦਾ ਵੀ ਮੁੱਦਾ ਸਰ MSP ਦਾ ਮੁੱਦਾ ਹੈ ਕਿ ਦੇਸ਼ ਦੇ ਸੰਵਿਧਾਨ ਦਾ ਮੁੱਦਾ ਸਰ ਕੁਐਸਚਨ ਉੱਠਦਾ ਹੈ ਦੇਸ਼ ਦੇ ਲੋਕਤੰਤਰ ਢਾਂਚੇ ਦਾ ਮੁੱਦਾ ਸਰ ਸਾਰੀ ਗੱਲ ਕੇਂਦਰ ਨੂੰ ਨਾ ਤੁਸੀਂ ਦੋਸ਼ੀ ਠਹਿਰਾਓ ਜਿਹੜੀ ਪੰਜਾਬ ਸਰਕਾਰ ਅੱਜ ਇਹ ਕਾਨੂੰਨਾਂ ਦਾ ਖਿਲਾਫਤ ਕਰਦੀ ਪਈ ਹੈ 2006 ਦੇ ਵਿੱਚ ਅਡਾਨੀ ਵਾਨੀ ਕੌਣ ਲੈ ਕੇ ਆਇਆ ਸੀ ਪੁੱਛੋ ਇਹਨਾਂ ਨੂੰ ਜਦੋਂ ਵੀ ਗੱਲ ਕਰਦੇ ਆ ਵਾਨੀ ਅਡਾਨੀ ਦੀ ਗੱਲ ਕਰਦੇ ਆ 2006 ਚ ਵਾਨੀ ਅਡਾਨੀ ਨੂੰ ਕੌਣ ਲੈ ਕੇ ਆਇਆ ਮੈਂ ਸਰ ਯੂਪੀ ਦੀਆਂ ਨੀਤੀਆਂ ਦੇ ਵੀ ਸਵਾਲ ਖੜੇ ਕਰਦਾ ਸਰ ਉਹਨਾਂ ਨੇ ਵੀ ਸੰਘੀ ਢਾਂਚੇ ਨੂੰ ਕਿਸ ਤਰੀਕੇ ਨਾਲ ਚਲਾਇਆ ਸਰ ਤੁਹਾਨੂੰ ਵੀ ਪਤਾ ਡਾਕਟਰ ਕੁਲਦੀਪ ਸਿੰਘ ਸਰ ਮੇਰਾ ਇੱਕ ਆਖਰੀ ਸਵਾਲ ਆ ਤੁਹਾਨੂੰ ਡਾਕਟਰ ਕੁਲਦੀਪ ਸਿੰਘ ਇਹ ਸੰਘੀ ਢਾਂਚੇ ਵਾਲਾ ਸਵਾਲ ਪਾਸੇ ਰੱਖਿਆ ਜਾ ਰਿਹਾ ਤੇ ਸਵਾਲ ਆ ਜਿਹੜਾ MSP ਤੇ ਸਿਰਫ ਫੋਕਸ ਕੀਤਾ ਜਾ ਰਿਹਾ ਸਰ ਇਹ MSP ਨਾਲੋਂ ਕਿਤੇ ਵੱਡੇ ਸਵਾਲ ਆ ਸਰ ਮੈਂ ਕਹਿੰਦਾ ਜੀ ਬਹੁਤ ਵੱਡੇ ਸਵਾਲ ਨੇ ਮੈਂ ਬੜਾ ਖੁਸ਼ ਹਾਂ ਰਜੀਵ ਗੋਦਰਾ ਜੀ ਨੇ ਜਿਹੜਾ ਸਵਾਲ ਰੇਜ਼ ਕੀਤਾ ਨਾ ਦੇਖੋ ਅਸੀਂ ਰਾਜਨੀਤੀ ਨੂੰ ਮਤਲਬ ਭੈੜਾ ਮੰਨ ਕੇ ਸੋਚਦੇ ਹਾਂ ਇਹ ਚੀਜ਼ ਨਹੀਂ ਚੱਲਦੀ ਰਾਜਨੀਤੀ ਇਨਐਵੀਟੇਬਲ ਹੈ ਰਾਜਨੀਤੀ ਨਾਲ ਚੱਲੇਗੀ ਜਿਵੇਂ ਇਹਨਾਂ ਨੇ ਕਿਹਾ ਹੈ ਜਿਹੜੇ ਮੁੱਦੇ ਨੇ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ ਪੰਜਾਬ ਵਿੱਚ ਕਾਂਗਰਸ ਇਸ ਵੇਲੇ ਉਸ ਕਿਸਮ ਦੀ ਨੈਸ਼ਨਲ ਪਾਰਟੀ ਨਹੀਂ ਹੈਗੀ ਇਸ ਵੇਲੇ ਪੰਜਾਬ 'ਚ ਪਾਵਰ ਹੈ ਰੀਜਨਲ ਪਾਰਟੀ ਦੇ ਤੌਰ 'ਤੇ ਵਿਚਰਦੀ ਹੈ ਅਕਾਲੀ ਦਲ ਪਹਿਲਾਂ ਹੀ ਰੀਜਨਲ ਪਾਰਟੀ ਹੈ
ਪੰਜਾਬ ਮੇਨ ਸੂਬਾ ਹੈ ਕਿਸਾਨਾਂ ਦੇ ਅਨਰੈਸਟ ਪੱਖੋਂ ਇਹਨਾਂ ਪਾਰਟੀਆਂ ਨੂੰ ਕੇਂਦਰ ਨਾਲ ਮਿਲ ਕੇ ਜਿਵੇਂ ਗੋਦਰਾ ਜੀ ਨੇ ਇਸ਼ਾਰਾ ਕੀਤਾ ਜਿਹੜੇ ਬੇਸਿਕ ਪ੍ਰਿੰਸੀਪਲਸ ਨੇ ਉਹਨਾਂ ਦੇ ਐਗਰੀਮੈਂਟ ਕਰਨ ਫਾਰ ਐਗਜ਼ਾਮਪਲ ਕਿਸਾਨਾਂ ਨੂੰ ਕਿਹੜਿਆਂ ਨੂੰ ਸਰਕਾਰ ਨੇ ਮਦਦ ਦੇਣੀ ਹੈ ਕਿਹੜੇ ਰੂਪ ਵਿੱਚ ਦੇਣੀ ਹੈ 2.5 acre ਵਾਲੇ ਨੂੰ ਦੇਣੀ ਹੈ 5 acre ਵਾਲੇ ਨੂੰ ਦੇਣੀ ਹੈ ਵੱਡੇ ਕਿਸਾਨ ਨੂੰ ਦੇਣੀ ਹੈ ਕਿਹੜੇ ਰੂਪ 'ਚ ਦੇਣੀ ਹੈ ਜੇ ਜੇ ਕਣਕ ਤੇ ਝੋਨੇ ਤੇ MSP ਇਸ ਕਰਕੇ ਨਹੀਂ ਦੇਣੀ ਇਹਦੀ ਲੋੜ ਨਹੀਂ ਹੈਗੀ ਕਿਹੜੀਆਂ ਦੂਜੀਆਂ ਫਸਲਾਂ ਜਿਹੜੀਆਂ ਸਾਡੇ ਲਈ ਇੰਪੋਰਟੈਂਟ ਨੇ ਉੱਥੇ ਦਿੱਤੀ ਜਾ ਸਕਦੀ ਹੈ ਅਤੇ ਇਹ ਸਾਰੇ ਮਸਲੇ ਵਿਚਾਰਦੇ ਹੋਏ ਕਿਸਾਨਾਂ ਨੂੰ ਕੋਲਪਰੇਜ ਲੈਂਦੇ ਹੋਏ ਉਹਨਾਂ ਬੇਸਿਕ ਮੁੱਦਿਆਂ 'ਤੇ ਹੁਣ ਤੇਲੰਗਾਨਾ 'ਚ ਬੜਾ ਸਫਲਤਾ ਨਾਲ ਕੰਮ ਚੱਲ ਰਿਹਾ ਉਹ ਡਾਇਰੈਕਟ ਬੈਨੀਫਿਟ ਕਿਸਾਨ ਨੂੰ ਟ੍ਰਾਂਸਫਰ ਕਰਦੇ ਨੇ ਸੈਂਟਰ ਦੀ ਗੌਰਮੈਂਟ ਤਾਂ ਚਲੋ 2000 ਦਿੰਦੀ ਆ ਉਹ ਚੰਗੀ ਰਕਮ ਦਿੰਦੇ ਨੇ ਦੋ ਫਸਲਾਂ ਲਈ ਸਾਲ ਵਿੱਚ ਤੁਸੀਂ ਸਰ ਡਾਕਟਰ ਕੁਲਦੀਪ ਸਿੰਘ ਸਰ ਤੁਸੀਂ ਇਹ ਸਵਾਲ ਖੜਾ ਕਰਨਾ ਚਾਹੁੰਦੇ ਹੋ ਕਿ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤਾਂ ਨਿਭਾਉਣੀ ਹੈ ਸੂਬਾ ਸਰਕਾਰ ਵੀ ਨਿਭਾਵੇ ਮੈਂ ਤੁਹਾਨੂੰ ਕਹਿੰਦਾ ਕਿ ਕਿਸਾਨੀ ਦੇ ਮਸਲੇ ਮੁਲਕ ਦੇ ਲੈਵਲ ਤੇ ਵਿਚਾਰਨ ਦੀ ਲੋੜ ਹੈ ਕਿਸਾਨੀ ਦੇ ਮਸਲੇ ਦੇ ਅੰਦਰ ਬੜੀਆਂ ਪੇਚੀਦਗੀਆਂ ਨੇ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ ਤੇ ਹਾਂ ਇਹ ਵੀ ਮੈਂ ਕਹੂੰਗਾ ਕਿ ਸੈਂਟਰ ਗੌਰਮੈਂਟ ਨੇ ਬੜੀ ਵੱਡੀ ਗਲਤੀ ਕੀਤੀ ਹੈ ਜੇ ਇਸ ਕਿਸਮ ਦੇ 3 ਕਾਨੂੰਨ ਬਣਾਉਣੇ ਸੀ ਜਿਹੜਾ ਪੰਜਾਬ ਦਾ ਲੀਡਿੰਗ ਸੂਬਾ ਹੈ ਉਹਦੇ ਕਿਸਾਨਾਂ ਨਾਲ ਕੋਈ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ਕੋਈ ਉਹਨਾਂ ਨੂੰ ਕਰਜ਼ ਵਿੱਚ ਲੈਣਾ ਚਾਹੀਦਾ ਤੁਸੀਂ ਇਸ ਤਰੀਕੇ ਨਾਲ ਆਰਡੀਨੈਂਸ ਲੈ ਕੇ ਕਾਨੂੰਨ ਬਣਾ ਦਿੱਤਾ ਚਾਹੇ ਸਰਕਾਰ ਦੀ ਇੰਟੈਂਸ਼ਨ ਜਿੰਨੀ ਮਰਜ਼ੀ ਚੰਗੀ ਹੋਵੇ ਤੁਹਾਡੇ ਕਿਸਾਨਾਂ ਦੇ ਮਨ ਵਿੱਚ ਇੱਕ ਡਾਊਟ ਪੈਦਾ ਹੋਵੇ ਠੀਕ ਹੈ ਸਰ ਰਜੀਵ ਦਾਰਾ ਜੀ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ ਸਰ ਚੱਕਾ ਜਾਮ ਦੇਸ਼ ਭਰ ਵਿੱਚ ਸੁਨੇਹਾ ਗਿਆ ਇਸ ਦਾ ਜਾਂ ਪੰਜਾਬ ਹਰਿਆਣਾ ਜਾਂ ਵੈਸਟਰਨ ਯੂਪੀ ਰਾਜਸਥਾਨ ਤੱਕ ਸੀਮਤ ਰਹਿ ਗਿਆ ਹੈ ਸਰ ਮੇਰੀ ਆਲ ਇੰਡੀਆ ਕਿਸਾਨ ਸੰਘਰਸ਼ ਸਮਨਵੇ ਸਮਿਤੀ ਦੇ ਜਿਹੜੇ ਨੈਸ਼ਨਲ ਜਨਰਲ ਸੈਕਟਰੀ ਨੇ ਅਵਿਕ ਸ਼ਾਹ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਹੁਣ ਤੋਂ ਘੰਟੇ ਪਹਿਲਾਂ ਜਿਹੜੀ ਉਹਨਾਂ ਕੋਲ ਸੂਚਨਾ ਸੀਗੀ 16 ਰਾਜਾਂ ਦੇ ਵਿੱਚ 2500 ਥਾਂ ਤੇ ਰੋਡ ਜਾਮ ਹੋਣ ਦੀ ਸੂਚਨਾ ਸੀਗੀ ਉਹਨਾਂ ਨੇ ਕਿਹਾ ਕਿ ਸੂਚਨਾ ਆ ਰਹੀਆਂ ਨੇ 10-11 ਤੱਕ ਰਾਤ ਤੱਕ ਆ ਜਾਣਗੀਆਂ ਤੇ ਇਹ ਹੋ ਸਕਦਾ ਹੈ ਕਿ 5000 ਤੱਕ ਦਾ ਅੰਕੜਾ ਛੂਏ ਤੇ 20 ਸਟੇਟ ਦੇ ਵਿੱਚ ਜਾਵੇ ਪਰ KPC ਮੈਂ ਜਿਹੜੀ ਇੱਕ ਗੱਲ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਮੈਂ ਜਦੋਂ ਕਹਿੰਦਾ ਕਿਸਾਨਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਰਾਜਨੀਤਿਕ ਮੁੱਦਾ ਬਣਾਉਣਾ ਚਾਹੀਦਾ ਤੇ ਬਿਲਕੁਲ ਟੇਢੀ ਨਜ਼ਰ ਨਾਲ ਤਿਰਛੀ ਨਜ਼ਰ ਨਾਲ ਵੇਖਣਾ ਚਾਹੀਦਾ ਕੌਣ ਕੀ ਖੇਡ ਕਰ ਰਿਹਾ ਮੈਂ ਤੁਹਾਨੂੰ ਦੱਸਿਆ MSP ਦੀ ਗੱਲ ਆ ਪਿਛਲੀ ਸਰਕਾਰ ਨੇ ਕੀਤੀ ਕਾਂਗਰਸ ਨੇ ਨਾ ਇਹ ਕਰ ਰਹੇ ਹੁਣ ਕੀ ਹੋ ਰਿਹਾ ਹੁਣ ਸਰ ਇਹ ਵੀ ਹੋ ਰਿਹਾ ਕਿ ਜਿਹੜੇ ਕੇਂਦਰ ਪੰਜਾਬ ਸਰਕਾਰ ਨੇ ਜਿਹੜਾ ਕਾਨੂੰਨ ਪਾਸ ਕੀਤਾ ਹੈ ਮੈਂ ਸਿਰਫ ਉਹਦੀ ਗੱਲ ਕਰਨਾ ਚਾਹੁੰਦਾ ਇੱਕ ਪਾਸੇ ਫੈਡਰਲਿਜ਼ਮ ਦੀ ਗੱਲ ਹੈ ਇੱਕ ਪਾਸੇ ਮੈਨੂੰ ਪ੍ਰਸਤਾਵ ਮਿਲ ਨਹੀਂ ਸਕਿਆ ਪਰ ਮੈਂ ਬਹੁਤ ਸਾਰੀ ਡਿਬੇਟ ਦੇ ਵਿੱਚ ਪ੍ਰਵਕਤਾਵਾਂ ਨੂੰ ਸੁਣਿਆ ਕਿ ਪੰਜਾਬ ਵਿਧਾਨ ਸਭਾ ਨੇ ਪਹਿਲਾਂ ਇੱਕ ਰੈਜੂਲੇਸ਼ਨ ਪਾਸ ਕੀਤਾ ਜਿਹਦੇ ਰਾਹੀਂ ਆ ਤਿੰਨਾਂ ਜਿਹੜੇ ਕਾਨੂੰਨ ਨੇ ਤਿੰਨੇ ਕਾਨੂੰਨ ਰੱਦ ਕਰ ਦਿੱਤੇ ਗਏ ਇਹ ਰੱਦ ਜਦੋਂ ਕਰ ਦਿੱਤੇ ਗਏ ਸਰਵਸੰਮਤ ਪ੍ਰਸਤਾਵ ਨਾਲ ਉਸ ਤੋਂ ਬਾਅਦ ਬਿੱਲ ਪਾਸ ਹੁੰਦੇ ਨੇ ਬਿੱਲ ਹੈਗਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬ੍ਰੈਕਟ ਪ੍ਰੋਮੋਸ਼ਨ ਐਂਡ ਫੈਸਿਲੀਟੇਸ਼ਨ ਫਿਰ ਦੂਜੀ ਬ੍ਰੈਕਟ ਸਪੈਸ਼ਲ ਪ੍ਰੋਵੀਜ਼ਨ ਐਂਡ ਪੰਜਾਬ ਅਮੈਂਡਮੈਂਟ ਬਿੱਲ 2020 ਇਹ ਜਿਹੜੇ ਕੇਂਦਰ ਸਰਕਾਰ ਦੇ ਬਿੱਲ ਨੇ KPG ਉਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਦੋ ਗੱਲਾਂ ਇਹਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਕੀਤੀਆਂ ਪਹਿਲਾਂ ਜਿਹੜਾ ਪ੍ਰਸਤਾਵ ਰੱਦ ਕਰਨ ਦਾ ਸੀ ਉਸ ਤੋਂ ਬਾਅਦ ਇਹ ਕਿਉਂ ਕੀਤਾ ਦੂਜਾ ਜਿਹੜਾ ਫੈਡ KPG ਪਲੀਜ਼ ਇੱਕ ਮਿੰਟ ਆਪਣੇ ਕੋਲ ਵਕਤ ਘੱਟ ਹੈ ਗੁਦਾਰਾ ਸਾਹਿਬ ਜਲਦੀ ਕੰਕਲੂਡ ਕਰ ਦਿਓ ਪਲੀਜ਼ ਮੈਂ ਸਰ ਜਲਦੀ ਕੰਕਲੂਡ ਕਰ ਰਿਹਾ ਦੂਜਾ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਸੀ ਉਹਨੂੰ ਕਿੰਨੇ ਸਮਝਦਾਰੀ ਨਾਲ ਕਿੰਨੀ ਚਲਾਕੀ ਨਾਲ ਉਹਨੂੰ ਗੱਲ ਛੱਡ ਕੇ ਤੇ ਕੇਂਦਰ ਦੇ ਕੋਲ ਸਾਰੇ ਅਧਿਕਾਰ ਦੇ ਦਿੱਤੇ ਗਏ ਜਦੋਂ ਮੰਨ ਲਿਆ ਇਹ ਜਿਹੜੀ ਗੁੰਝਲਦਾਰ ਗੱਲਾਂ ਨੇ ਕਿਸਾਨਾਂ ਨੂੰ ਇਹ ਵੀ ਸਮਝਣੀਆਂ ਪੈਣੀਆਂ ਜਿੱਦਣ ਕਿਸਾਨ ਨੇ ਸਮਝ ਲਿਆ ਕਿ ਪੰਜਾਬ ਸਰਕਾਰ ਵੀ ਜਿਹੜੀ ਕੁਛ ਕੁਛ ਗੱਲਾਂ ਕਰ ਰਹੀ ਹੈ ਤੇ ਮੈਸੇਜ ਦੇ ਦਿੰਦੀ ਹੈ ਕਿਸੇ ਨਾਲ ਆ ਤੁਹਾਡੇ ਉਹਨੂੰ ਜਿੱਦਣ ਸਮਝ ਲਿਆ ਤੇ ਕਹਿਤਾ ਕਿ ਹੁਣ ਤੁਹਾਨੂੰ ਵੀ ਸਮਝ ਗਿਆ ਤੇ ਉਹਨਾਂ ਨੂੰ ਵੀ ਸਮਝ ਗਿਆ ਤੁਹਾਡੀ ਚਲਾਕੀਆਂ ਨਹੀਂ ਚੱਲਣ ਦੇਣੀਆਂ ਉਦਨ ਨੇ ਸਰਕਾਰਾਂ ਨੂੰ ਸਿੱਧੇ ਹੋ ਕੇ ਕਿਸਾਨ ਦੇ ਹਿੱਤ ਦੀ ਗੱਲ ਕਰਨੀ ਪੈਣੀ ਹੈ ਉਦਨ ਹੀ ਇਹ ਕਿਸਾਨ ਦੀ ਪੋਲਿਟਿਕਸ ਹੋਏਗੀ ਚਲੋ ਮੈਨੂੰ ਰਜੀਵ ਦਾਰਾ ਜੀ ਮੈਨੂੰ ਆਖਰੀ ਚੀਜ਼ ਇਹ ਸਮਝ ਆ ਰਹੀ ਹੈ ਕਿਸਾਨ ਅੰਦੋਲਨ ਦੇ ਵਿੱਚੋਂ ਕਿਸਾਨਾਂ ਲਈ ਇੱਕ ਰਾਜਨੀਤਿਕ ਧਿਰ ਖੜੀ ਹੋਣ ਜਾ ਰਹੀ ਹੈ ਪਤਾ ਨਹੀਂ ਸਰ ਕੌਣ ਹੋਏਗੀ ਪਰ ਉਹ ਤੇਰੋ ਹੋਏਗੀ ਜਿਹੜੀ ਸੱਚੇ ਸੁੱਚੀ ਸਿੱਧੀ ਸੱਤਾਂ ਦੇ ਵਿੱਚ ਗੁੰਝਲਦਾਰ ਘੁਮਾਓਦਾਰ ਤੇ ਗੁੰਮਰਾਹ ਕਰਨ ਵਾਲੀ ਰਾਜਨੀਤੀ ਕੋਈ ਨਹੀਂ ਹੋਏਗੀ ਚਲੋ ਇਹ ਸੱਤਾ ਜੀ ਪੋਲਿਸੀ ਨਾਲ ਆਏਗੀ ਹੋ ਸਕਦਾ ਹੈ ਕਾਂਗਰਸ ਆ ਜੇ ਇਸ ਦਬਾਵੇ ਹੋ ਸਕਦਾ ਹੈ ਬੀਜੇਪੀ ਨੂੰ ਇਸ ਦਬਾਵੇ ਹੇਠਾਣਾ ਪਵੇ ਹੋ ਸਕਦਾ ਕੋਈ ਹੋਰ ਧਾਰਾ ਆ ਜੇ ਹੋ ਸਕਦਾ ਕੋਈ ਨਵੀਂ ਧਾਰ ਬਣ ਜੇ ਕੁਝ ਵੀ ਹੋ ਸਕਦਾ ਪਰੰਤੂ ਇਸ ਤਰ੍ਹਾਂ ਸਿੱਧੀ ਧਾਰ ਬਣਨ ਦੀ ਲੋੜ ਹੈ ਠੀਕ ਹੈ ਬਹੁਤ ਧੰਨਵਾਦ ਜੀ ਗੁਜ਼ਾਰਾ ਤੁਹਾਡਾ ਦਿਆਲ ਸੋਢੀ ਤੁਹਾਡਾ ਬਹੁਤ ਧੰਨਵਾਦ ਹਰਦੀਪ ਸਿੰਘ ਇੰਗਰਾ ਤੁਹਾਡਾ ਬਹੁਤ ਧੰਨਵਾਦ ਡਾਕਟਰ ਕੁਲਦੀਪ ਸਿੰਘ ਤੁਹਾਡਾ ਵੀ ਬਹੁਤ ਧੰਨਵਾਦ ਸੰਕਟ 'ਚ ਘਿਰੇ ਪੰਜਾਬ ਦੀ ਫਿਕਰ ਕੌਣ ਕਰੇਗਾ ਸਵਾਲ ਪੰਜਾਬ ਦਾ ਵੱਡਾ ਇਸ ਕਰਕੇ ਹੋ ਰਿਹਾ ਕਿ ਪੰਜਾਬ ਵਿੱਚ ਜਿਹੜੇ ਹਾਲਾਤ ਹੈ ਉਹ ਇਸ ਵਕਤ ਚੰਗੇ ਨਹੀਂ ਹੈਗੇ ਕਿਉਂਕਿ ਜ਼ਰੂਰੀ ਵਸਤਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਕੋਲੇ ਦਾ ਸੰਕਟ ਖੜਾ ਹੋ ਰਿਹਾ ਹਾਲਾਂਕਿ ਨੈਸ਼ਨਲ ਗ੍ਰਿਡ ਤੋਂ ਬਿਜਲੀ ਲੈਣ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਖਜ਼ਾਨੇ ਦੇ ਵਿੱਚ ਕੀ ਹੈਗਾ GST ਦਾ ਰਿਫੰਡ ਕਿੰਨਾ ਮਿਲਦਾ ਪਿਆ ਹੈਗਾ ਬਹੁਤ ਸਾਰੇ ਸਵਾਲ ਪੰਜਾਬ ਦੇ ਅੱਗੇ ਖੜੇ ਆ ਅਤੇ ਅਮਨ ਕਾਨੂੰਨ ਵਾਲਾ ਸਵਾਲ ਹੈ ਜਿਹੜਾ ਉਹ ਖੜਾ ਕੀਤਾ ਜਾ ਰਿਹਾ ਪਰ ਸਾਡਾ ਸਵਾਲ ਇਹ ਸੀਗਾ ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਕਿਸੇ ਧਿਰ ਦੀ ਸੁਣੇਗੀ
होर किसी धिर की सुनेगी या सुनेगी, पर मैं ये जरूर पता कि अज भाजपा का वफद आ जिहड़ा रेल मंत्री जिहड़ा मिल के आया उन्होंने किन्नी सुनी की है उन्होंने बाहर आके दसता, पर इन्ना जरूर पता लग गया कि कांग्रेस के एम पी उत्थे नहीं सुनेगी। बहुत धन्यवाद।